ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਦਾ ਖਿਲਾਫੀ ਤੇ ਦੇਸ਼ਵਾਸੀਆਂ ਦੇ ਨਾਲ ਧੋਖਾ ਕਰਦੇ ਹੋਏ ਬਿਜਲੀ ਸੋਧ ਬਿੱਲ ਸੂਬਿਆਂ ਦੀ ਸਹਿਮਤੀ ਤੋਂ ਬਿਨਾਂ ਹੀ ਅੱਜ ਸਦਨ ਦੇ ਵਿੱਚ ਪੇਸ਼ ਕਰ ਦਿੱਤਾ ਪਰ ਸਟੈਂਡਿੰਗ ਕਮੇਟੀ ਨੂੰ ਭੇਜਣਾ ਪਿਆ ਹੈ ਤਿੱਖੇ ਵਿਰੋਧ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬੜਕਮਾਰੀ ਕਹਿੰਦੇ ਸੂਬਿਆਂ ਦੇ ਹੱਕਾਂ ਲਈ ਲੜਾਂਗੇ ਬਿਜਲੀ ਸੋਧ ਬਿੱਲ ਦੇ ਵਿੱਚ ਕੀ ਗਲਤ ਹੈ ਕਿਵੇਂ ਤੁਹਾਡੀ ਲੁੱਟ ਹੋਊਗੀ ਕਿਉਂ ਇਹਨਾਂ ਵਿਰੋਧ ਹੋ ਰਿਹਾ ਇਸ ਬਾਰੇ ਪੂਰੀ ਖਬਰ ਅਸੀਂ ਖਾਸ ਰਿਪੋਰਟ ਦੇ ਵਿੱਚ ਦਿੱਤੀ ਹੈ ਵੱਖਰੀ ਵੀਡੀਓ ਦੇ ਵਿੱਚ ਉਹ ਤੁਸੀਂ ਸੁਣ ਸਕਦੇ ਹੋ ਸਮਝ ਸਕਦੇ ਹੋ ਕੀ ਮਸਲਾ ਹੈ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਸਰਕਾਰ ਬਣਾਉਣ ਦਾ ਵਿਚਾਰ ਛੱਡ ਕੇ ਹੁਣ ਪਿੰਡਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਸੁਖਬੀਰ ਬਾਦਲ ਕਹਿ ਰਹੇ ਸੀ ਉਸੇ ਸਟੇਜ ਤੇ ਕਿ ਕੌਮ ਦੇ ਗੱਦਾਰਾਂ ਨੂੰ ਪਛਾਣਨ ਦੀ ਲੋੜ ਹੈ ਦਾਦੂਵਾਲ ਕਹਿੰਦੇ ਸਭ ਤੋਂ ਵੱਡਾ ਗੱਦਾਰ ਹੀ ਬਾਦਲ ਪਰਿਵਾਰ ਹੈ ਤੇ ਮਾਨਸਾ ਦੇ ਪਿੰਡ ਰੱਲਾ ਦੇ ਵਿੱਚ ਇੱਕ ਮਹੰਤ ਦੇ ਡੇਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵੱਡੀ ਘਟਨਾ ਵਾਪਰੀ ਹੈ ਪਰ ਮਾਨਸਾ ਦਾ ਮੀਡੀਆ ਇਸ ਗੱਲ ਨੂੰ ਲੁਕੋ ਰਿਹਾ ਹੈ ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਤਾਂ ਉਸ ਜਮਾਣ ਕਰਕੇ ਵਿਵਾਦਾਂ ਦੇ ਵਿੱਚ ਘਿਰ ਗਿਆ ਹੈ ਡਾਕਟਰ ਰਾਜਵਾਧਾ ਦਾ ਅਸਤੀਫਾ ਹਾਲੇ ਤੱਕ ਮਨਜ਼ੂਰ ਨਹੀਂ ਹੋਇਆ ਪਰ ਸਿਹਤ ਮੰਤਰੀ ਜੋੜੇ ਮਾਜਰਾ ਨੇ ਨਵੇਂ ਗੱਦੇ ਉਹਨਾਂ ਦੀ ਯੂਨੀਵਰਸਿਟੀ ਦੇ ਵਿੱਚ ਜ਼ਰੂਰ ਭੇਜ ਦਿੱਤੇ ਨੇ ਕਾਮਨਵੈਲਥ ਖੇਡਾਂ ਦੇ ਆਖਰੀ ਦਿਨ ਬੈਡਮਿੰਟਨ ਦੇ ਵਿੱਚ ਤਿੰਨ 골ਡ ਮੈਡਲ ਭਾਰਤ ਦੀ ਝੋਲੀ ਪੈਣੇ ਸਾਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨ ਕੌਰ ਬੁਲੇਟਿਨ ਦੇ ਵਿੱਚ ਦੱਸਾਂਗੇ ਦੱਸਦੇ ਹਾਂ ਤੁਹਾਨੂੰ ਪੰਜਾਬ ਸਮੇਤ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਸ਼ੁਕਰਵਾਰ ਦੀ ਲੋਕ ਰਾਏ ਦੇ ਨਤੀਜੇ ਤੋਂ ਸ਼ੁਕਰਵਾਰ ਦੀ ਲੋਕ ਰਾਏ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਟਾ ਸਕੀਮ ਦੇ ਬਾਰੇ ਨਵਾਂ ਐਲਾਨ ਕਰਦਿਆਂ ਕਿ ਹੈ ਕਿ ਆਮ ਜਨਤਾ ਦੀ ਮਰਜ਼ੀ ਦੇ ਨਾਲ ਹੀ ਫੈਸਲਾ ਹੋਏਗਾ ਕਿ ਉਹਨਾਂ ਨੇ ਆਟਾ ਲੈਣਾ ਹੈ ਜਾਂ ਫਿਰ ਕਣਕ ਲੈਣੀ ਹੈ ਕਿ ਤੁਸੀਂ ਇਸ ਨਵੇਂ ਫੈਸਲੇ ਦੇ ਨਾਲ ਸਹਿਮਤ ਹੋ ਤਾਂ ਸਾ 94% ਦਰਸ਼ਕਾਂ ਨੇ ਸਹਿਮਤੀ ਜਤਾਈ ਹੈ ਕਿ ਹੁਣ ਫੈਸਲਾ ਸਹੀ ਹੋਇਆ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਆਟਾ ਹੀ ਦਿੱਤਾ ਜਾਊਗਾ ਕਿਉਂਕਿ ਆਟਾ ਛੇਤੀ ਖਰਾਬ ਹੋਣ ਦਾ ਡਰ ਹੁੰਦਾ ਆਟੇ ਨੂੰ ਲੋਕ ਜਿਹੜਾ ਹੈਗਾ ਪ੍ਰੀਜ਼ਰਵ ਕਰਕੇ ਨਹੀਂ ਰੱਖ ਸਕਦੇ ਇਸ ਕਰਕੇ ਇਸ ਫੈਸਲੇ ਨੂੰ ਬਹੁਤਾ ਲੋਕਾਂ ਨੇ ਮਨਜ਼ੂਰ ਨਹੀਂ ਕੀਤਾ ਸੀ ਜਦਕਿ 6% ਦੇ ਦਰਸ਼ਕਾਂ ਨੇ ਹੋਣ ਵਾਲੇ ਫੈਸਲੇ ਨੂੰ ਵੀ ਮਨਜ਼ੂਰ ਨਹੀਂ ਕੀਤਾ ਅਸਹਿਮਤੀ ਜਤਾਈ ਹੈ ਅੱਜ ਦੇ ਲੋਕ ਰਾਏ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਹੋਂਦ ਬਚਾਉਣ ਦੇ ਲਈ ਸਿੱਖੀ ਦੇ ਪ੍ਰਚਾਰ ਵੱਲ ਆਪਣਾ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ ਹੈ ਕਿ ਹੈ ਕਿ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਛੱਡ ਕੇ ਹੁਣ ਪਾਰਟੀ ਨੂੰ ਪਿੰਡਾਂ ਦੇ ਵਿੱਚ ਪੰਥ ਲਈ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਜਥੇਦਾਰ ਦੀ ਇਸ ਸਲਾਹ ਦੇ ਨਾਲ ਤੁਸੀਂ ਸਹਿਮਤ ਹੋ ਜੇ ਸਹਿਮਤ ਹੋ ਯੈਸ ਜਾਂ ਹਾਂ ਲਿਖਿਓ ਜੇ ਸਹਿਮਤ ਨਹੀਂ ਉਹ ਨੋ ਜਾਂ ਨਾ ਲਿਖਿਓ ਖਬਰਾਂ ਵਿਸਤਾਰ ਦੇ ਨਾਲ ਤੇ ਗੱਲ ਪਹਿਲਾਂ ਆਪਾਂ ਪੰਜਾਬ ਦੀ ਕਰਾਂਗੇ ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਇੱਕ ਬਹੁਤ ਹੀ ਅਹਿਮ ਖਬਰ ਦੀ ਜਿਹੜੀ ਕਿ ਹਰ ਇੱਕ ਨਾਗਰਿਕ ਦੇ ਨਾਲ ਜੁੜੀ ਹੋਈ ਹੈ ਭਾਰਤ ਸਰਕਾਰ ਦੇ ਵੱਲੋਂ ਲਿਆਂਦੇ ਬਿਜਲੀ ਸੋਧ ਬਿੱਲ 2022 ਨੂੰ ਸੰਸਦ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਹੰਗਾਮੇ ਅਤੇ ਸਖਤ ਵਿਰੋਧ ਦੇ ਬਾਵਜੂਦ ਇਸ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਬਿਜਲੀ ਵੰਡ ਖੇਤਰ ਦੇ ਵਿੱਚ ਬਦਲਾਅ ਕਰਨ ਤੇ ਰੈਗੂਲੇਟਰੀ ਅਥਾਰਟੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦਾ ਪ੍ਰਸਤਾਵ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਪੇਸ਼ ਕੀਤਾ ਜਿਸ ਤੋਂ ਬਾਅਦ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਕਾਂਗਰਸ ਡੀਐਮਕੇ ਤੇ ਤਿਰੰਗ ਮਲ ਕਾਂਗਰਸ ਸਣੇ ਕੁਝ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਤੇ ਇਸ ਨੂੰ ਸੰਗੀ ਢਾਂਚੇ ਦੇ ਖਿਲਾਫ ਦੱਸਿਆ ਸਰਕਾਰ ਖਿਲਾਫ ਵਿਰੋਧੀ ਧਿਰਾਂ ਨੇ ਸਿੱਧਾ ਇਲਜ਼ਾਮ ਲਾਇਆ ਕਿ ਇਹ ਸਿਰਫ ਬਿਜਲੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਇੱਕ ਸਾਜ਼ਿਸ਼ ਹੈ ਇਸ ਤੇ ਬੋਲਦੇ ਆ ਬਿਜਲੀ ਮੰਤਰੀ ਨੇ ਹੰਗਾਮਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਬਿੱਲ ਨੂੰ ਪੜਨ ਦੀ ਅਪੀਲ ਵੀ ਕੀਤੀ ਤੇ ਦਾਵਾ ਕੀਤਾ ਕਿ ਇਹਦੇ ਵਿੱਚ ਕਿਸਾਨਾਂ ਦੇ ਖਿਲਾਫ ਕੁਝ ਵੀ ਨਹੀਂ ਹੈ ਸੂਬਾ ਸਰਕਾਰਾਂ ਜਿੰਨੀ ਸਬਸਿਡੀ ਕਿਸਾਨਾਂ ਨੂੰ ਦੇਣਾ ਚਾਹੁੰਦੀਆਂ ਨੇ ਦੇ ਸਕਦੀਆਂ ਨੇ ਕੇਂਦਰੀ ਮੰਤਰੀ ਆਰਕੇ ਸਿੰਘ ਨੇ ਸਿਆਸੀ ਪਾਰਟੀਆਂ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਵੀ ਲਾਇਆ ਸਿਰਫ ਇੰਨਾ ਹੀ ਨਹੀਂ ਉਹਨਾਂ ਨੇ ਇਹ ਦਾਵਾ ਵੀ ਠੋਕ ਦਿੱਤਾ ਕਿ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਵੱਲੋਂ ਸਾਰੇ ਸੂਬਿਆਂ ਨੂੰ ਬਿੱਲ ਦਾ ਖਰੜਾ ਭੇਜਿਆ ਗਿਆ ਸੀ ਤਾਂ ਕਿ ਸੂਬਾ ਸਰਕਾਰਾਂ ਦੀ ਰਾਏ ਲਈ ਜਾਵੇ ਪਰ ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜਦ ਕਿ ਹਰੇ ਹਰੇਕ ਸੂਬੇ ਦੀ ਸਰਕਾਰ ਨੇ ਕਿਹਾ ਕਿ ਸਾਨੂੰ ਬਿੱਲ ਦਾ ਖਰੜਾ ਨਹੀਂ ਮਿਲਿਆ ਹੰਗਾਮੇ ਤੋਂ ਬਾਅਦ ਇੱਕ ਵਾਰੀ ਕਾਰਵਾਈ ਠੱਪ ਹੋਈ ਦੂਸਰੀ ਵਾਰੀ ਜਦੋਂ ਚੱਲੂ ਹੋਈ ਫੇਰ ਜ਼ਬਰਦਸਤ ਵਿਰੋਧ ਹੋਇਆ ਉਸ ਤੋਂ ਬਾਅਦ ਇਹ ਬਿੱਲ ਆਖਰਕਾਰ ਸਟੈਂਡਿੰਗ ਕਮੇਟੀ ਨੂੰ ਭੇਜਿਆ ਗਿਆ ਤੇ ਹੁਣ ਇਹ ਕਮੇਟੀ ਸਾਰੇ ਸੂਬਿਆਂ ਦੇ ਨਾਲ رابطہ ਕਰਕੇ ਇਸ ਨੂੰ ਅੱਗੇ ਦੀ ਕਾਰਵਾਈ ਦੇ ਲਈ ਪ੍ਰੋਸੈਸ ਕਰੇਗੀ ਪੰਜਾਬ ਤੋਂ ਕਾਂਗਰਸ ਦੇ ਐਮਪੀ ਮਨੀਸ਼ ਦਿਵਾੜੀ ਨੇ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਇਸ ਨੂੰ ਸੂਬਿਆਂ ਲਈ ਘਾਤਕ ਦੱਸਿਆ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਬਿੱਲ ਨੂੰ ਕਿਸਾਨਾਂ ਦੇ ਨਾਲ ਧੋਖਾ ਦੱਸਿਆ ਤੇ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਹੋਏ ਵਾਅਦੇ ਦੀ ਚਿੱਠੀ ਦਿਖਾਉਂਦੇ ਹੋਏ ਕਿਹਾ ਕਿ ਸਰਕਾਰ ਆਪਣੀ ਜ਼ੁਬਾਨ ਤੋਂ ਪਲਟ ਰਹੀ ਅਸਲ 2020 ਦੇ ਵਿੱਚ ਭਾਰਤ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੇ ਜਦੋਂ ਵੱਡਾ ਅੰਦੋਲਨ ਲੜਿਆ ਸੀ ਤਾਂ ਐਸੇ ਅੰਦੋਲਨ ਦੇ ਦੌਰਾਨ ਹੀ ਬਿਜਲੀ ਸੋਧ ਬਿੱਲ ਸੰਸਦ ਵਿੱਚ ਪੇਸ਼ ਨਾ ਕਰਨ ਨੂੰ ਸਰਕਾਰ ਤਿਆਰ ਹੋ ਗਈ ਸੀ ਜਦੋਂ ਕਿਸਾਨ ਲੀਡਰਾਂ ਦੇ ਨਾਲ ਮੀਟਿੰਗਾਂ ਹੁੰਦੀਆਂ ਸੀ ਨਵੰਬਰ 2021 ਦੇ ਵਿੱਚ ਜਦੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਮੁਲਤਵੀ ਹੋਇਆ ਸੀ ਉਸ ਵਕਤ ਵੀ ਸਰਕਾਰ ਨੇ ਕਿਸਾਨ ਮੋਰਚੇ ਨੂੰ ਲਿਖਤੀ ਭਰੋਸਾ ਦਿੱਤਾ ਸੀ ਕਿ ਸਾਰੀਆਂ ਸਬੰਧਤ ਧਿਰਾਂ ਦੇ ਨਾਲ ਸ਼ੰਕੇ ਉਹਨਾਂ ਦੇ ਦੂਰ ਕਰਨ ਤੋਂ ਬਾਅਦ ਹੀ ਬਿਜਲੀ ਸੋਧ ਬਿੱਲ ਸੰਸਦ ਵਿੱਚ ਲਿਆਂਦਾ ਜਾਊਗਾ ਪੇਸ਼ ਕੀਤਾ ਜਾਊਗਾ ਪਰ ਅਜਿਹਾ ਨਹੀਂ ਕੀਤਾ ਗਿਆ ਇਸ ਨੂੰ ਵਾਅਦਾ ਖਿਲਾਫੀ ਹੀ ਕਿਹਾ ਜਾਊਗਾ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜੇ ਕੇਂਦਰ ਸਰਕਾਰ ਉਹਨਾਂ ਤੋਂ ਬਿਨਾਂ ਸਲਾਮ ਮਸ਼ਵਰੇ ਦੇ ਬਿਜਲੀ ਸੋਧ ਬਿੱਲ ਪੇਸ਼ ਕਰਦੀ ਹੈ ਤਾਂ ਕਿਸਾਨ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਕਰਨਗੇ ਸਾਰੇ ਕਿਸਾਨ ਲੀਡਰਾਂ ਨੇ ਇਸ ਦੇ ਖਿਲਾਫਤ ਕੀਤੀ ਹੈ ਹਾਲਾਂਕਿ ਇਸ ਬਿੱਲ ਦੇ ਖਿਲਾਫ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਵੀ ਪਾਸ ਹੋਇਆ ਸੀ باوجود ਇਸ ਦੇ ਸੈਂਟਰ ਨੇ ਆਪਣੀ ਮਰਜ਼ੀ ਪੁਗਾ ਲਈ ਹੈ ਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਇਹ ਬਿੱਲ ਪਾਸ ਵੀ ਕਰਵਾ ਲਿਆ ਜਾਊਗਾ ਹਲੇ ਪੇਸ਼ ਕੀਤਾ ਗਿਆ ਹੈ ਸਰਕਾਰ ਪਾਸ ਵੀ ਕਰਵਾਉਗੀ ਅਤੇ ਇਸ ਨੂੰ ਕਾਨੂੰਨ ਵੀ ਬਣਾਉਗੀ ਇਸ ਨੂੰ ਐਕਟ ਵੀ ਬਣਾਉਗੀ ਪੰਜਾਬ ਦੇ ਸਾਰੇ ਹਿਦਰਾ ਨੇ ਬਿਜਲੀ ਸੋਧ ਬਿੱਲ ਨੂੰ ਮੁਲਕ ਦੇ ਫੈਡਰਲ ਢਾਂਚੇ ਉੱਤੇ ਹਮਲਾ ਕਰਾਰ ਦਿੰਦਿਆਂ ਇਲਜ਼ਾਮ ਲਾਇਆ ਕਿ ਇਸ ਬਿੱਲ ਬਾਰੇ ਕਿਸੇ ਵੀ ਸੂਬੇ ਦੇ ਨਾਲ ਚਰਚਾ ਨਹੀਂ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੱਖਾ ਵਿਰੋਧ ਜਤਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਕੱਟ ਪੁਤਲੀ ਨਾ ਸਮਝੇ ਇਸ ਬਿੱਲ ਨੂੰ ਪੇਸ਼ ਕਰਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੇ ਸੈਂਟਰ ਨੂੰ ਤਿੱਖਾ ਸੁਨੇਹਾ ਭੇਜਦਿਆਂ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਕੱਟ ਪੁਤਲੀ ਨਾ ਸਮਝੇ ਇਹਨਾਂ ਵਿਧੀਆਂ ਦੇ ਖਿਲਾਫ ਅਸੀਂ ਚੁੱਪ ਬੈਠਣ ਵਾਲੇ ਨਹੀਂ ਹਾਂ ਆਪਣੇ ਅਧਿਕਾਰਾਂ ਦੀ ਰਾਖੀ ਲਈ ਅਸੀਂ ਸੜਕ ਤੋਂ ਸੰਸਦ ਤੱਕ ਲੜਾਈ ਲੜਾਂਗੇ। ਸ਼੍ਰੋਮਣੀ ਕਾਲੇਦਲ ਦੇ ਸੁਭੀਰ ਸਿੰਘ ਬਾਦਲ ਨੇ ਵੀ ਬਿੱਲ ਪੇਸ਼ ਕਰਨ ਤੋਂ ਪਹਿਲਾਂ ਹੀ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਿੱਲ ਨੂੰ ਪੇਸ਼ ਨਾ ਕਰਨ ਦੀ ਅਪੀਲ ਕੀਤੀ ਸੀ ਸ਼੍ਰਮਣੀ ਕਾਲੀਦਾਲ ਦੇ ਸੀਨੀਅਰ ਲੀਡਰ ਡਾਕਟਰ ਦਿਲਜੀਤ ਸਿੰਘ ਚੀਵਾ ਨੇ ਵੀ ਕਿਹਾ ਕਿ ਸੰਵਿਧਾਨ ਦੇ ਵਿੱਚ ਕੁਝ ਹੱਕ ਕੇਂਦਰ ਕੋਲ ਹੁੰਦੇ ਨੇ ਕੁਝ ਸੂਬਾ ਸਰਕਾਰਾਂ ਦੇ ਕੋਲ ਹੁੰਦੇ ਨੇ ਬਿਜਲੀ ਵਿਭਾਗ ਦੇ ਹੱਕ ਸੂਬਾ ਸਰਕਾਰਾਂ ਦੇ ਕੋਲ ਨੇ ਜੇ ਕੇਂਦਰ ਸਰਕਾਰ ਨੇ ਬਿਜਲੀ ਬਿੱਲ ਦੇ ਵਿੱਚ ਕੋਈ ਸੋਧ ਕਰਨੀ ਹੈ ਤਾਂ ਪਹਿਲਾਂ ਸੂਬਾ ਸਰਕਾਰਾਂ ਨਾਲ ਗੱਲ ਕਰਨੀ ਚਾਹੀਦੀ ਸੀ ਆਵਾਜ਼ ਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗਨੇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਮੁਲਕ ਦਾ ਪ੍ਰਾਈਵੇਟਾਈਜ਼ੇਸ਼ਨ ਹੋ ਰਿਹਾ ਹੈ ਭਾਜਪਾ ਨੂੰ ਗਰੀਬ ਤਬਕੇ ਤੋਂ ਤਾਂ ਸਖਤ ਨਫ਼ਰਤ ਹੈ ਸਾਰੇ ਫੈਸਲੇ ਕਾਰਪੋਰੇਟ ਦੇ ਹੱਕ ਦੇ ਵਿੱਚ ਹੀ ਸਰਕਾਰ ਲੈ ਰਹੀ ਹੈ ਕਿਸਾਨ ਪਰੇਸ਼ਾਨ ਨੇ ਇਹ ਇਹ ਡਰਾ ਕਰ ਰਿਹਾ ਇਸ ਸੱਤਾ ਜਦੋਂ ਹੁੰਦੇ ਆ ਇਹ ਸੱਤਾਦਮ ਜਿਹੜਾ ਆ ਲੁੱਟਪ ਲੈਂਦੇ ਆ ਇਹਨਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਕੋਈ ਲੋਕਾਂ ਦੇ ਦਰਦ ਨਾਲ ਮਤਲਬ ਨਹੀਂ ਉਹੀ ਮੈਂ ਗੱਲ ਕਹੀ ਇਸ ਵਾਰ ਰਾਜ ਸਭਾ ਚ ਕਿਉਂ ਪੰਜਾਬ ਦੇ ਪਾਣੀਆਂ ਦੀ ਗੱਲ ਹੋ ਰਹੀ ਆ ਇਸ ਵਾਰ ਰਾਜ ਸਭਾ ਚ ਕਿਉਂ ਗੁਰਧਾਮਾਂ ਨੂੰ ਜੋੜਨ ਵਾਲੇ ਸਰਕਟ ਦੀ ਗੱਲ ਹੋ ਰਹੀ ਆ ਇਸ ਵਾਰ ਕਿਉਂ ਸੀਮ ਦੀ ਗੱਲ ਹੋ ਰਹੀ ਆ ਇਸ ਵਾਰ ਜੀਐਸਟੀ ਨੂੰ ਵਾਪਸ ਲੈਣ ਦੀ ਗੱਲ ਹੋ ਰਹੀ ਆ ਤੇ ਪਹਿਲਾਂ ਕਿਉਂ ਨਹੀਂ ਅਸੀਂ ਤੇ ਸੁਣਿਆ ਨਹੀਂ ਸੋ ਇੱਕ ਕਾਲੀ ਦਲ ਦਾ ਜਿਹੜਾ ਤੋਹਰਾ ਮਾਪਦੰਡ ਹੈ ਉਹ ਵੀ ਲੋਕਾਂ ਦੇ ਸਾਹਮਣੇ ਪੰਜਾਬ ਦੇ ਵਿੱਚ ਸਾਰੀਆਂ ਧਿਰਾਂ ਨੇ ਜਿਹੜੀਆਂ ਸੱਤਾ ਤੇ ਸਮੇਤ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਨੇ ਪਰ ਸਿਰਫ ਬੀਜੇਪੀ ਹੈ ਜਿਹੜੀ ਉਹ ਇਸ ਫੈਸਲੇ ਦੇ ਹੱਕ ਵਿੱਚ ਖੜੀ ਹੈ ਹੋਵੇ ਵੀ ਕਿਉਂ ਨਾ ਕਿਉਂਕਿ ਕੇਂਦਰ ਸਰਕਾਰ ਦੇ ਵਿੱਚ ਵੀ ਬੀਜੇਪੀ ਹੈ ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਦਾ ਬਿਆਨ ਆਇਆ ਹੈ ਉਹਨਾਂ ਕਹਿੰਦੇ ਕਿ ਇਸ ਬਿਲ ਦੇ ਨਾਲ ਬਿਜਲੀ ਦੀ ਸਪਲਾਈ ਵਧਿਆ ਹੋਊਗੀ ਤੇ ਪਾਰਦਰਸ਼ਤਾ ਵੀ ਆਊਗੀ ਇਸੇ ਤਰ੍ਹਾਂ ਬੀਜੇਪੀ ਦੇ ਪੰਜਾਬ ਤੋਂ ਲੀਡਰ ਸੁਜੀਤ ਕੁਮਾਰ ਜਿਆਣੀ ਉਹ ਵੀ ਇਸ ਫੈਸਲੇ ਦੇ ਹੱਕ ਵਿੱਚ ਭੁਗਤੇ ਨੇ ਕਹਿੰਦੇ ਜਦੋਂ ਵੀ ਕੋਈ ਵੱਡਾ ਫੈਸਲਾ ਕੀਤਾ ਜਾਂਦਾ ਹੈ ਤਾਂ ਉਹਦਾ ਵਿਰੋਧ ਹੁੰਦਾ ਹੁੰਦਾ ਚਾਹੇ ਭਾਖੜਾ ਬੰਨ ਵਾਲਾ ਫੈਸਲਾ ਹੋਵੇ ਜਾਂ ਫਿਰ ਕੰਬਾਈਨਰ ਦੇ ਨਾਲ ਫਸਲਾਂ ਦੀ ਵਾਢੀ ਕਰਨ ਵਾਲਾ ਫੈਸਲਾ ਹੋਵੇ ਹਰੇਕ ਦਾ ਵਿਰੋਧ ਹੁੰਦਾ ਸੀ ਇਹਦਾ ਵੀ ਐਂ ਵਿਰੋਧ ਥਮ ਜਾਊਗਾ ਨਾਲੇ ਕਹਿੰਦੇ ਕਿਸਾਨਾਂ ਦੇ ਨਾਲ ਕੋਈ ਵਾਅਦਾ ਖਿਲਾਫੀ ਨਹੀਂ ਹੋਈ ਕਿਸਾਨਾਂ ਨੇ ਸਰਕਾਰ ਦੇ ਨਾਲ ਵਾਅਦਾ ਖਿਲਾਫੀ ਕੀਤੀ ਸੀ ਜਦੋਂ ਵਾਦੇ ਤੇ ਸ਼ਰਤਾਂ ਮੰਨਣ ਦੇ ਲਈ ਸਰਕਾਰ ਤਿਆਰ ਹੋ ਜਾਂਦੀ ਸੀ ਤਾਂ ਇਹਨਾਂ ਨੂੰ ਚਰਚਾ ਦੇ ਲਈ ਗੱਲਬਾਤ ਲਈ ਬੁਲਾਉਂਦੀ ਸੀ ਤਾਂ ਕਿਸਾਨ ਜਾਂਦੇ ਹੀ ਨਹੀਂ ਸੀ ਸੋ ਚੰਦਕ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾ ਦਿੰਨੇ ਆ ਕਿ ਆਖਿਰਕਾਰ ਬਿਜਲੀ ਬਿੱਲ ਦੇ ਵਿੱਚ ਗਲਤ ਕੀ ਹੈ ਤੇ ਇਹਦਾ ਵਿਰੋਧ ਕਿਉਂ ਹੋ ਰਿਹਾ ਸੌਖੇ ਤੇ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਾਣੀ ਇਹ ਹੈ ਕਿ ਜੇ ਨਵਾਂ ਜਿਹੜਾ ਇਹ ਬਿੱਲ ਜਾਂ ਕਹਿ ਲਈਏ ਕਿ ਸੋਧ ਬਿੱਲ ਪੇਸ਼ ਹੋ ਜਾਂਦਾ ਹੈ ਬਿਜਲੀ ਦੇ ਵਿੱਚ ਪਾਸ ਹੋ ਜਾਂਦਾ ਐਕਟ ਬਣ ਜਾਂਦਾ ਤਾਂ ਬਿਜਲੀ ਦਾ ਜਿਹੜਾ ਮੈਕਮਾ ਹੈ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਚਲਾ ਜਾਊਗਾ ਇਦਾਂ ਨਿੱਜੀਕਰਨ ਹੋ ਜਾਊਗਾ ਹੁਣ ਜਿਹੜੀ ਬਿਜਲੀ ਤੁਹਾਨੂੰ ਸਰਕਾਰ ਦਿੰਦੀ ਹੈ ਉਹ ਫਿਰ ਨਿੱਜੀ ਕੰਪਨੀਆਂ ਦੇਣਗੀਆਂ ਤੇ ਜੇ ਨਿੱਜੀ ਕੰਪਨੀਆਂ ਬਿਜਲੀ ਦੇਣੀ ਸ਼ੁਰੂ ਕਰ ਦੇਣਗੀਆਂ ਨਾ ਕਿਸੇ ਨੂੰ ਮੁਫਤ ਬਿਜਲੀ ਮਿਲਣੀ ਹੈ ਨਾ ਕਿਸੇ ਨੂੰ ਸਸਤੀ ਬਿਜਲੀ ਮਿਲਣੀ ਹੈ ਨਾ ਕਿਸੇ ਨੂੰ ਸਬਸਿਡੀ ਮਿਲਣੀ ਹੈ ਸਾਰਿਆਂ ਨੂੰ ਪੈਸੇ ਅਦਾ ਕਰਨੇ ਹੀ ਪੈਣਗੇ ਪਹਿਲਾਂ ਪਹਿਲਾਂ ਤਾਂ ਜਿਹੜਾ ਹੈਗਾ ਇਹਨਾਂ ਕੰਪਨੀਆਂ ਨੂੰ ਬਿਜਲੀ ਦੀ ਵੰਡ ਦਾ ਕੰਮ ਦਿੱਤਾ ਜਾਊਗਾ ਤੇ ਫਿਰ ਹੌਲੀ ਹੌਲੀ ਤੁਹਾਡੇ ਤੋਂ ਇਹ ਸਾਰੀ ਸਹੂਲਤਾਂ ਜਿਹੜੀ ਉਹ ਖੋਹੀ ਜਾਏਗੀ ਬਿਜਲੀ ਦਾ ਯੂਨਿਟ ਕਿੱਥੇ ਕਿੰਨੇ ਰੁਪਏ ਦਾ ਹੋਣਾ ਹੈ ਇਹ ਕੰਪਨੀਆਂ ਹੀ ਤੈਅ ਕਰਨਗੀਆਂ ਤੇ ਨਿੱਜੀ ਕੰਪਨੀਆਂ ਮੁਲਕ ਦੇ ਕਾਰਪੋਰੇਟਾਂ ਦੀਆਂ ਨੇ ਤੇ ਕਾਰਪੋਰੇਟ ਜਿਹੜੇ ਲੋਕ ਨੇ ਉਹ ਸਰਕਾਰਾਂ ਦੇ ਦੋਸਤ ਨੇ ਸਰਕਾਰਾਂ ਦੇ ਮਿੱਤਰ ਨੇ ਸੋ ਇਸ ਫੈਸਲੇ ਦੇ ਨਾਲ ਫਾਇਦਾ ਹੋਣਾ ਨਿੱਜੀ ਕੰਪਨੀਆਂ ਨੂੰ ਯਾਨੀ ਕਿ ਵੱਡੇ ਜਿਹੜੇ ਅਮੀਰ ਕਾਰਪੋਰੇਟ ਨੇ ਉਹਨਾਂ ਨੂੰ ਫਾਇਦਾ ਹੋਣਾ ਤੇ ਸਰਕਾਰ ਨੂੰ ਫਾਇਦਾ ਹੋਣਾ ਬਾਕੀ ਸਾਰੇ ਲੋਕ ਨੇ ਜਿਹੜੇ ਉਹ ਇਸ ਐਕਟ ਦੇ ਵਿੱਚ ਪਿਸ ਕੇ ਹੀ ਰਹਿ ਜਾਣਗੇ ਜੇ ਇਸ ਦਾ ਵਿਰੋਧ ਨਹੀਂ ਹੁੰਦਾ ਜੇ ਇਹ ਪਾਸ ਹੋ ਜਾਂਦਾ ਹੈ 8 ਅਗਸਤ ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲकांड ਨੂੰ ਵਾਪਰੇ ਹੋਏ ਪੂਰੇ 70 ਦਿਨ ਹੋ ਗਏ ਨੇ ਤੇ 70ਵੇਂ ਦਿਨ ਪੰਜਾਬ ਪੁਲਿਸ ਜਾਂ ਦਿੱਲੀ ਪੁਲਿਸ ਦੇ ਵੱਲੋਂ ਕੋਈ ਵੀ ਅਹਿਮ ਜਿਹੜੀ ਅਪਡੇਟ ਹੈ ਉਹ ਸਾਹਮਣੇ ਨਹੀਂ ਆਈ ਹੈ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਮੰਗ ਕੀਤੀ ਹੈ ਜਿਹੜੀ ਵੀਆਈਪੀ ਸੁਰੱਖਿਆ ਦਿੱਤੀ ਜਾਂਦੀ ਹੈ ਗੈਂਗਸਟਰਾਂ ਨੂੰ ਜੇਲ੍ਹਾਂ ਦੇ ਵਿੱਚ ਪੇਸ਼ੀਆਂ ਦੇ ਮੌਕੇ ਬਲਕੌਰ ਸਿੰਘ ਨੇ ਉਹ ਵਾਪਸ ਲੈਣ ਦੀ ਮੰਗ ਕੀਤੀ ਹੈ ਤਿੱਖੇ ਸਵਾਲ ਚੁੱਕੇ ਨੇ ਜਿਹੜੀ ਲਾਰੈਂਸ ਬਿਸ਼ਨੋਈ ਨੂੰ ਟ੍ਰੀਟਮੈਂਟ ਮਿਲ ਰਿਹਾ ਹੈ ਪੁਲਿਸ ਦੇ ਅਧਿਕਾਰ ਖੇਤਰ ਦੇ ਵਿੱਚ ਉਸ ਨੂੰ ਇਹ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ ਇਸ ਤੇ ਪਿਤਾ ਨੇ ਸਵਾਲ ਚੁੱਕੇ ਨੇ ਬਲਕੌਰ ਸਿੰਘ ਨੇ ਕਿਹਾ ਕਿ ਸਾਨੂੰ ਤਾਂ ਨਿਹੱਥਾ ਕਰ ਦਿੱਤਾ ਹੈ ਤੇ ਬਦਮਾਸ਼ਾਂ ਨੂੰ ਸਰਕਾਰ ਪਨਾਹਾਂ ਦੇ ਰਹੀ ਹੈ ਸੁਰੱਖਿਆ ਦੇ ਰਹੀ ਹੈ ਸਾਨੂੰ ਪੁੱਛ ਕੇ ਦੇਖੋ ਕਿ ਸਾਡਾ ਦਿਲ ਇਹਨਾਂ ਨੂੰ ਦੇਖ ਕੇ ਕਿਵੇਂ ਪਛਿਆ ਜਾਂਦਾ ਹੋਊਗਾ ਕਿਵੇਂ ਅਸੀਂ ਉਹ ਪੱਲ ਨੇ ਜਿਹੜੇ ਉਹਨਾਂ ਨੂੰ ਸਹੰਦੇ ਹੋਵਾਂਗੇ ਕਿ ਜਿਨ੍ਹਾਂ ਨੇ ਸਾਡੇ ਪੁੱਤ ਨੂੰ ਮਾਰ ਦਿੱਤਾ ਪਰ ਜਵਾਨੀ ਦੇ ਵਿੱਚ ਉਸ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਉਸ ਨੂੰ ਕਿਵੇਂ ਉਹਨਾਂ ਉਹਨਾਂ ਨੂੰ ਕਿਵੇਂ ਜੇਲ੍ਹਾਂ ਦੇ ਵਿੱਚ ਵੀ ਸਖਤ ਵੱਡੀ ਸੁਰੱਖਿਆ ਦੇ ਘੇਰੇ ਦੇ ਵਿੱਚ ਰੱਖਿਆ ਜਾ ਰਿਹਾ ਹੈ ਉਹਨਾਂ ਨੂੰ ਬੜਾ ਪਲੋਸ-ਪਲੋਸ ਕੇ ਰੱਖਿਆ ਜਾ ਰਿਹਾ ਹੈ ਸਵਾਲ ਕੀਤੇ ਨੇ ਪੁਲਿਸ ਨੂੰ ਕਿ ਜਦੋਂ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਮਾਨਸਾ ਅਦਾਲਤ ਦੇ ਚ ਤਾਂ ਲਾਰੈਂਸ ਬਿਸ਼ਨੋਈ ਦੇ ਕਹਿੰਦੇ ਬ੍ਰਾਂਡਡ ਟੀ-ਸ਼ਰਟ ਪਾਈ ਹੋਈ ਸੀ ਜਦੋਂ ਵੀ ਇਹਨੂੰ ਪੇਸ਼ ਕੀਤਾ ਜਾਂਦਾ ਹੈ ਇਹਦੇ ਬ੍ਰਾਂਡ ਮਹਿੰਗੇ ਬ੍ਰਾਂਡਾਂ ਦੇ ਕੱਪੜੇ ਪਾਏ ਹੁੰਦੇ ਨੇ ਮਹਿੰਗੇ ਬ੍ਰਾਂਡਾਂ ਦੇ ਬੂਟ ਪਾਏ ਹੁੰਦੇ ਨੇ ਕਹਿੰਦੇ ਜਦੋਂ ਇਹਦੀਆਂ ਤਸਵੀਰਾਂ ਬਾਹਰ ਆਉਂਦੀਆਂ ਨੇ ਪੁਲਿਸ ਦੇ ਨਾਲ ਤਸਵੀਰਾਂ ਬਾਹਰ ਆਉਂਦੀਆਂ ਨੇ ਤਾਂ ਨੌਜਵਾਨਾਂ ਨੂੰ ਜ਼ਰੂਰ ਹੀ ਲੱਗੂਗਾ ਕਿ ਕੋਈ ਖਾਸ ਬੰਦਾ ਹੈ ਤੇ ਅਸੀਂ ਵੀ ਉਹਦੇ ਵਰਗੇ ਬਣੀਏ ਕੀ ਤੁਸੀਂ ਸੁਨੇਹਾ ਕਹਿੰਦੇ ਦੇਣਾ ਚਾ ਰਹੇ ਹੋ ਇਹਨਾਂ ਨੂੰ ਇੰਨੀ ਸੁਰੱਖਿਆ ਦੇ ਵਿੱਚ ਰੱਖ ਕੇ ਪਿਤਾ ਨੇ ਕਿਹਾ ਕਿ ਲਾਰੈਂਸ ਦੇ ਖਿਲਾਫ 100 ਪਰਚੇ ਨੇ ਸਰਕਾਰ ਦੱਸੇ ਕਿ ਉਹਨੂੰ ਇੰਨਾ ਸੰਭਾਲ ਕੇ ਕਿਉਂ ਰੱਖਿਆ ਹੋਇ ਸੁਰੱਖਿਆ ਤੇ ਇਨਾ ਖਰਚਾ ਕਿਉਂ ਕੀਤਾ ਜਾ ਰਿਹਾ ਹੈ ਲਾਰੈਂਸ ਦਾ ਰੰਗਦਾਰੀ ਦਾ ਕਾਰੋਬਾਰ ਕਹਿੰਦੇ ਉਨਾ ਹੀ ਚੱਲਦਾ ਜਿੰਨੀ ਉਹਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਭਾਵੇਂ ਅੱਜ ਮਾਰ ਦਿਓ ਭਾਵੇਂ ਕੱਲ ਮਾਰ ਦੇਣੇ ਗੈਂਗਸਟਰ ਮੈਂ ਚੁੱਪ ਨਹੀਂ ਬੈਠੂਗਾ ਮੈਂ ਨਾ ਗੈਂਗਸਟਰਾਂ ਦੇ ਖਿਲਾਫ ਬੋਲਦਾ ਰਹੂੰਗਾ ਤੇ ਮੈਂ ਮੰਗ ਕਰਦਾ ਰਹੂੰਗਾ ਕਿ ਇਹਨਾਂ ਦੀ ਸੁਰੱਖਿਆ ਹਟਾਈ ਜਾਵੇ ਵਾਪਸ ਲਈ ਜਾਵੇ ਆਮ ਮੁਲਜ਼ਮਾਂ ਦੇ ਵਾਂਗੂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਕਹਿੰਦੇ ਮੇਰੇ ਪੁੱਤ ਦਾ ਸਿੱਧੂ ਦਾ ਕੋਈ ਕਸੂਰ ਨਹੀਂ ਸੀ ਥੋੜਾ ਬਹੁਤਾ ਵੀ ਉਹਦਾ ਕਸੂਰ ਹੋਵੇ ਤਾਂ ਮੈਂ ਜੇਲ੍ਹ ਕੱਟਣ ਨੂੰ ਤਿਆਰ ਆ। ਇਹ ਦਸ਼ੇਰੀ ਬੰਦੂਕਾਂ ਚੱਕ ਕੇ ਖੌਫ ਪੈਦਾ ਕਰਦੇ ਰਹੇ। ਤੁਸੀਂ ਲੌਰੈਂਸ ਵਰਗਿਆਂ ਨੂੰ 24 ਘੰਟੇ ਦਿਖਾਓਗੇ ਨਵੀਆਂ-ਨਵੀਆਂ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਪੁਲਿਸ ਨਾਲ ਫੋਟੋ ਖਿਚਾਉਂਦੇ ਆ ਨੂੰ ਤਾਂ ਬੱਚਿਆਂ ਦੇ ਮਨ ਦੇ ਵਿੱਚ ਵੀ ਆਊਗਾ ਵੀ ਆਹੀ ਖਾਸ ਬੰਦਾ ਲੱਗਦਾ ਮੈਂ ਮੇਰੇ ਵਰਗੀ ਜ਼ਿੰਦਗੀ ਜਿਉਣੀ ਚਾਹੀਦੀ। ਇਹਨਾਂ ਦੇ 100-100 ਪਰਚਾ 44 44 ਪਰਚੇ ਦਾ ਸਰਕਾਰ ਦਸਤਾ ਦੇਵੇ ਕਾਦਲੀ ਸੰਭਾਲ ਕੇ ਰੱਖੀ ਜਾਂਦੇ ਹੋ ਕੋਨੋਂ ਲੋਕ ਪੁੱਛਣਗੇ ਆ ਇਹਨੂੰ 64 ਪਰਚਿਆਂ ਦਾ ਕਰੇ ਬਰੀ ਹੋ ਜਾਊਗਾ ਅਦਾਲਤ ਚੋਂ ਮੈਨੂੰ ਬੇਸ਼ੱਕ ਤੜਕੇ ਮਾਰ ਦੇਣ ਇਹਨੇ ਮੇਰੀਆਂ ਗੱਲਾਂ ਸਭ ਨੂੰ ਚੁੱਪਦੀਆਂ ਹੋਣੀਆਂ ਨੇ ਇਸ ਟਾਈਮ ਦੇ ਉੱਤੇ ਮੈਂ ਬੋਲੂੰਗਾ ਅਖੀਰਲੀ ਸਾਹ ਤੱਕ ਬੋਲੂੰਗਾ ਤਾਂ ਦੇਖ ਲਾਫ ਜਨਤਾ ਕਿੰਨੇ ਜਿਹੜਾ ਨਹੀਂ ਪੱਟੀਆਂ ਜਾਂਦੀਆਂ ਮੈਂ ਐਵੇਂ ਜਿਵੇਂ ਆਪਦਾ ਜਿਹੜਾ ਬੋਲਣ ਦਾ ਕੰਮ ਜਾਰੀ ਰੱਖੂੰਗਾ ਮੈਂ ਤੁਹਾਡੇ ਅੱਗੇ ਸਾਰੇ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਪਰ ਉਹ ਮੇਰਾ ਮਰ ਗਿਆ ਮੈਂ ਰੋ ਕੇ ਵੇਜੂਗਾ ਮੈਂ 6 ਮਹੀਨੇ ਰੋ ਲੂ ਮੈਂ ਸਾਲ ਰੋ ਲੂਗਾ ਹੋਰ ਮੇਰੀ ਕਿਸੇ ਸਰਕਾਰ ਨੇ ਨਹੀਂ ਸੁਣਨੀ ਸੁਣਨੀ ਹੈ ਤਾਂ ਥੋੜੀ ਸੁਣਨੀ ਹੈ ਲੋਕਾਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਸ ਗੱਲ ਤੇ ਵੀ ਇਤਰਾਜ਼ ਜਤਾਇਆ ਹੈ ਕਿ ਹਾਲੇ ਤੱਕ ਜਾਂਚ ਕਿਸੇ ਕਿਸੇ ਵੀ ਤਨਪਤਨ ਨਹੀਂ ਲੱਗ ਸਕੀ ਹੈ ਜਿਹੜੇ ਮੁੱਖ ਮੁੱਲਜ਼ਮ ਨੇ ਜਿਹੜੇ ਕਾਤਲ ਨੇ ਉਹਦੇ ਪੁੱਤ ਦੇ ਉਹਨਾਂ ਨੂੰ ਹਾਲੇ ਤੱਕ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ ਜਿਨ੍ਹਾਂ ਨੇ ਅਸਲ ਦੇ ਵਿੱਚ ਜੁਰਮ ਕੀਤਾ ਹੈ ਤਿਹਾਰ ਵਰਗੀ ਜੇਲ੍ਹ ਦੇ ਵਿੱਚ ਬਹਿ ਕੇ ਮਾਸਟਰਮਾਈਂਡ ਲਾਰੈਂਸ ਅਤੇ ਗੋਲਡੀ ਸਾਜ਼ਿਸ਼ ਰਚ ਰਹੇ ਸਨ ਕਹਿੰਦੇ ਸੀ ਕਿ ਅੱਜ 29 ਤਰੀਕ ਹੈ ਸਿੱਧੂ ਬਚਣਾ ਨਹੀਂ ਚਾਹੁੰਦਾ ਭਾਵੇਂ ਘਰ ਤੇ ਹਮਲਾ ਕਰ ਦਿਓ ਹਰ ਤੀਜੇ ਦਿਨ ਕਹਿੰਦੇ ਉਹ ਚੈਨਲ ਤੇ ਬਹਿ ਕੇ ਇੰਟਰਵਿਊ ਦੇ ਦਿੰਦਾ ਹੈ ਗੈਂਗਸਟਰਾਂ ਦੇ ਲਈ ਕਿੰਨੀ ਆਜ਼ਾਦੀ ਹੈ ਕਹਿੰਦੇ ਕਾਨੂੰਨ ਤਾਂ ਸਿਰਫ ਆਮ ਆਦਮੀ ਦੇ ਲਈ ਹੈ ਬਦਮਾਸ਼ ਇਹਦਾ ਫਾਇਦਾ ਚੁੱਕ ਰਹੇ ਨੇ ਸੁਪਤਾ ਜਿਹੜਾ ਬੜੇ ਸਬਰ ਦੇ ਨਾਲ ਉਡੀਕ ਕਰ ਰਿਹਾ ਹੈ ਮਾਂ ਪਿਓ ਬੜੇ ਸਬਰ ਦੇ ਨਾਲ ਉਡੀਕ ਕਰ ਰਹੇ ਨੇ ਕਿ ਪੁਲਿਸ ਇਨਸਾਫ ਦੇਵੇਗੀ ਆਖਿਰਕਾਰ ਉਹਨਾਂ ਦੇ ਉਹਨਾਂ ਦਾ ਦਿਲ ਹੈ ਜਿਹੜਾ ਉਹਦੇ ਵਿੱਚੋਂ ਹੂਕ ਨਿਕਲੀ ਹੈ ਕਿ ਕਦੋਂ ਇਨਸਾਫ ਮਿਲੇਗਾ ਪਤੀ ਦੇ ਜ਼ੁਲਮਾਂ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੀ ਅਮਰੀਕਾ ਦੀ ਮੰਦੀਪ ਕਾਰ ਨੂੰ ਇਨਸਾਫ ਦਿਵਾਉਣ ਦੇ ਲਈ ਅਮਰੀਕਾ ਸਮੇਤ ਭਾਰਤ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਮਹਿੰਮ ਲਗਾਤਾਰ ਚੱਲ ਰਹੀ ਹੈ ਨਾ ਸਿਰਫ ਪੰਜਾਬੀ ਬਲਕਿ ਅਮਰੀਕੀ ਲੋਕ ਵੀ ਮਨਦੀਪ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਇਸ ਤੋਂ ਬਾਅਦ ਹੁਣ ਅਮਰੀਕਾ ਸਰਕਾਰ ਨੇ ਘਰੇਲੂ ਹਿੰਸਾ ਦੇ ਖਿਲਾਫ ਇੱਕ ਟਾਸਕ ਫੋਰਸ ਬਣਾਉਣ ਦਾ ਵੀ ਫੈਸਲਾ ਲਿਆ ਹੈ ਇਸ ਦੀ ਜਾਣਕਾਰੀ ਨਿਊਯਾਰਕ ਸਟੇਟ ਅਸੈਂਬਲੀ ਦੀ ਮੈਂਬਰ ਜੈਨੀਫਰ ਰਾਜਕੁਮਾਰ ਨੇ ਦਿੱਤੀ ਹੈ ਜੈਨੀਫਰ ਪਹਿਲੀ ਸਾਊਥ ਏਸ਼ੀਅਨ ਅਮਰੀਕੀ ਮਹਿਲਾ ਹੈ ਜਿਸ ਨੂੰ ਨਿਊਯਾਰਕ ਸਟੇਟ ਦਫਤਰ ਦੇ ਲਈ ਚੁਣਿਆ ਗਿਆ ਸੀ ਜੈਨੀਫਰ ਨੇ ਦੱਸਿਆ ਕਿ ਟਾਸਕ ਫੋਰਸ ਦੱਖਣੀ ਏਸ਼ੀਆ ਔਰਤਾਂ ਦੀ ਘਰੇਲੂ ਹਿੰਸਾ ਦੇ ਖਿਲਾਫ ਮਦਦ ਕਰੇਗੀ ਉਹਨਾਂ ਦੀਆਂ ਸ਼ਿਕਾਇਤਾਂ ਦੀ ਾਂਚ ਕਰੇਗੀ ਉਹਨਾਂ ਨਾਲ ਉਹਨਾਂ ਨੇ ਪੁਲਿਸ ਦੇ ਨਾਲ ਵੀ ਗੱਲ ਕੀਤੀ ਹੈ ਕਿ ਮੁਲਜ਼ਮ ਪਤੀ ਜਿਹੜਾ ਦੋਸ਼ੀ ਰਣਜੋਧ ਵੀਰ ਸਿੰਘ ਸੰਧੂ ਉਸ ਦੇ ਖਿਲਾਫ ਵੀ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਉਹਨਾਂ ਦਾਵਾ ਕੀਤਾ ਹੈ ਕਿ ਸਾਊਥ ਏਸ਼ੀਆ ਦੇ ਲਈ ਬਣਾਈ ਗਈ ਉਹਨਾਂ ਦੀ ਟਾਸਕ ਫੋਰਸ ਦੂਸਰੇ ਮੁਲਕਾਂ ਤੋਂ ਅਮਰੀਕਾ ਦੇ ਵਿੱਚ ਵਸੀਆਂ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ ਅਮਰੀਕਾ ਦੇ ਵਿੱਚ ਜਈਆਂ ਕਹਿੰਦੇ ਬਹੁਤ ਔਰਤਾਂ ਨੇ ਜਿਹੜੀਆਂ ਕਿ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਨੇ ਟਾਸਕ ਫੋਰਸ ਉਹਨਾਂ ਸਾਰੀਆਂ ਦੇ ਲਈ ਕੰਮ ਕਰੇਗੀ ਰਾਜਕੁਮਾਰ ਜੈਨੀਫਰ ਦੇ ਵੱਲੋਂ ਬਣਾਈ ਗਈ ਟਾਸਕ ਫੋਰਸ ਦੀ ਜ਼ਿੰਮੇਵਾਰੀ ਸੀਨੀਅਰ ਅਧਿਕਾਰੀ ਅੰਮ੍ਰਿਤਕੌਰ ਨੂੰ ਸੌਂਪੀ ਗਈ ਹੈ ਇਸ ਦਰਮਿਆਨ ਇੱਧਰ ਐਮਪੀ ਰਾਗਵ ਚੱਡਾ ਨੇ ਵੀ ਕੇਂਦਰੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਨਾਲ ਇਸੇ ਮਸਲੇ ਤੇ ਮੁਲਾਕਾਤ ਕਰਕੇ ਮਨਦੀਪ ਕੌਰ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੇ ਵਿੱਚ ਮਦਦ ਕਰਨ ਦੀ ਮੰਗ ਕੀਤੀ ਹੈ। ਪੰਜਾਬ ਦੇ ਵਿੱਚ ਗੰਨਾ ਕਿਸਾਨ ਇੱਕ ਵਾਰੀ ਫੇਰ ਸੜਕਾਂ ਤੇ ਨੇ ਕਿਸਾਨ ਸਹਿਕਾਰੀ ਤੇ ਨਿੱਜੀ ਮਿਲਾਂ ਦੇ ਵੱਲ ਆਪਣੀ ਫਸਲ ਦੀ ਲੰਬੇ ਸਮੇਂ ਤੋਂ ਖੜੀ ਕਰੋੜਾਂ ਰੁਪਏ ਦੀ ਰਕਮ ਦੀ ਅਦਾਇਗੀ ਦੀ ਮੰਗ ਕਰ ਰਹੇ ਨੇ। ਹਾਲਾਂਕਿ ਕਿਸਾਨਾਂ ਦੇ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਭਰੋਸੇ ਤੋਂ ਬਾਅਦ ਧਰਨੇ ਮੁਲਤਵੀ ਕਰ ਦਿੱਤੇ ਗਏ ਸੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਧਿਆਨ ਨਾ ਦੇਣ ਕਰਕੇ ਉਹਨਾਂ ਨੂੰ ਜਲ ਖੁਆਰ ਹੋਣਾ ਪੈ ਰਿਹਾ ਗੰਨੇ ਦੇ 72 ਕਰੋੜ ਰੁਪਏ ਦੀ ਬਕਾਇਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਵੱਲੋਂ ਸੋਮਵਾਰ ਨੂੰ ਖੰਡ ਮਿਲ ਫਗਵਾੜਾ ਦੇ ਸਾਹਮਣੇ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਤੇ ਅਣ ਮਿੱਥੇ ਸਮੇਂ ਦੇ ਲਈ ਚੱਕਾ ਜਾਮ ਕਰ ਦਿੱਤਾ ਗਿਆ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੇ ਪਹਿਲਾਂ ਖੰਡ ਮਿਲ ਵਾਲੀ ਥਾਂ ਵੇਚ ਦਿੱਤੀ ਸੀ ਬਿਆਨਾ ਹੋ ਗਿਆ ਸੀ ਸਰਕਾਰ ਨੇ ਕਿਹਾ ਸੀ ਕਿ ਰਜਿਸਟਰੀ ਹੋਣ ਤੋਂ ਬਾਅਦ ਪੈਸੇ ਆਪਣੇ ਆਪ ਕਿਸਾਨਾਂ ਦੇ ਖਾਤੇ ਵਿੱਚ ਆ ਜਾਣਗੇ ਯਾਨੀ ਕਿ ਖੰਡ ਮਿਲ ਵੱਲ ਜਿਹੜਾ ਬਕਾਇਆ ਖੜਾ ਹੈ ਉਹ ਖੰਡ ਮਿਲ ਨੂੰ ਵੇਚ ਕੇ ਕਿਸਾਨਾਂ ਨੂੰ ਦਿੱਤਾ ਜਾਊਗਾ ਪਰ ਕਹਿੰਦੇ ਹੁਣ ਸਰਕਾਰ ਨੇ ਚਿੱਠੀ ਕੱਢ ਦਿੱਤੀ ਹੈ ਕਿ ਥਾਂ ਦੀ ਖੁੱਲੀ ਬੋਲੀ ਕੀਤੀ ਜਾਵੇ ਕਿਸਾਨਾਂ ਦਾ ਖਦਸ਼ਾ ਹੈ ਕਿ ਇਸ ਬਦਲਵੇਂ ਐਲਾਨ ਦੇ ਨਾਲ ਮਸਲਾ ਕਈ ਸਾਲਾਂ ਤੱਕ ਲਟਕ ਸਕਦਾ ਹੈ ਇਸ ਲਈ ਚੱਕਾ ਜਾਮ ਕਰ ਦਿੱਤਾ ਗਿਆ ਗन्ना ਕਾਸ਼ਤਕਾਰਾਂ ਦੇ ਵੱਲੋਂ ਹਾਈਵੇ ਜਾਮ ਕਰਨ ਤੋਂ ਬਾਅਦ ਫਗਵਾੜਾ ਪੁਲਿਸ ਦੇ ਵੱਲੋਂ ਟ੍ਰੈਫਿਕ ਨੂੰ ਡਾਇਵਰਟ ਕਰਕੇ ਰੂਟ ਪਲਾਨ ਵੀ ਨਵੇਂ ਜਾਰੀ ਕਰ ਦਿੱਤਾ ਗਿਆ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਧਰਨੇ ਤੇ ਆਉਣ ਵਾਲੇ ਕਿਸਾਨਾਂ ਨੂੰ ਪੂਰੀ ਤਿਆਰੀ ਦੇ ਨਾਲ ਆਉਣਾ ਚਾਹੀਦਾ ਕਿਉਂਕਿ ਲੰਬਾ ਧਰਨਾ ਚੱਲੇਗਾ ਡਾਲੀਆਂ ਤੇ ਤਰਪਾਲਾਂ ਪਾ ਕੇ ਰਾਤ ਨੂੰ ਸੌਣ ਲਈ ਮੰਜੇ ਤੇ ਬਿਸਤਰੇ ਲਿਆਉਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਗੰਨੇ ਦੀ ਅਦਾਇਗੀ ਨੂੰ ਲੈ ਕੇ ਉਹਨਾਂ ਦਾ ਇਹ ਧਰਨਾ ਅਣਮਿੱਥੇ ਸਮੇਂ ਦੇ ਲਈ ਹੈ ਮਨਜੀਤ ਸਿੰਘ ਰਾਏ ਇਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਬਕਾਇਦੇ ਪੈਸੇ ਨਹੀਂ ਆਉਣਗੇ ਉਹ ਧਰਨੇ ਤੋਂ ਨਹੀਂ ਉੱਠਣਗੇ ਹੁਣ ਉਸ ਹੁਣ ਉਸ ਖਬਰ ਦੀ ਗੱਲ ਕਰਾਂਗੇ ਜਿਸ ਨੂੰ ਮਾਨਸਾ ਦੇ ਤਕਰੀਬਨ ਸਾਰੇ ਪੱਤਰਕਾਰ ਲੁਕੋ ਰਹੇ ਨੇ ਕਿਉਂ ਲੁਕੋ ਰਹੇ ਨੇ ਤੇ ਕਿਉਂ ਕੋਈ ਗੱਲ ਜਾਂ ਖਬਰ ਲੁਕੋਈ ਜਾਂਦੀ ਹੈ ਇਸ ਦੇ ਪਿੱਛੇ ਕੀ ਕਾਰਨ ਹੁੰਦਾ ਹੈ ਉਹ ਸ਼ਾਇਦ ਆਪਾਂ ਸਾਰੇ ਜਾਣਦੇ ਹਾਂ ਮਾਨਸਾ ਦੇ ਪਿੰਡ ਰੱਲਾ ਦੇ ਵਿੱਚ ਡੇਰਾ ਬਾਬਾ ਮਸਤ ਰਾਮ ਜੀ ਉਦਾਸੀਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 11 ਪਾਵਨ ਸਰੂਪਾਂ ਦੀ ਬੇਅਦਬੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਡੇਰੇ 'ਚੋਂ ਬੁਰੀ ਹਾਲਤ ਦੇ ਵਿੱਚ ਪਾਵਨ ਸਰੂਪ ਮਿਲੇ ਨੇ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਅਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਡੇਰੇ ਦੇ ਪਹੁੰਚੇ ਸੋਮਵਾਰ ਨੂੰ ਹਰ ਇੱਕ ਥਾਂ ਦੀ ਤਲਾਸ਼ੀ ਲਈ ਇਸ ਮੌਕੇ ਵੱਡੀ ਗੰਟੀ ਦੇ ਵਿੱਚ ਸੰਗਤ ਵੀ ਮੌਜੂਦ ਸੀ ਸਿੱਖ ਸੰਗਤਾਂ ਵੀ ਮੌਜੂਦ ਸਨ ਅਤੇ ਡੇਰੇ ਦੇ ਜਿਹੜੇ ਪ੍ਰਸ਼ੰਸਕ ਸਨ ਉਹ ਵੀ ਪਹੁੰਚੇ ਹੋਏ ਸਨ ਡੇਰੇ ਦੀ ਗੱਦੀ ਨੂੰ ਲੈ ਕੇ ਮਹੰਤ ਗੋਪਾਲ ਦਾਸ ਅਤੇ ਇੱਕ ਮਹੰਤ ਸੁਰਮਰਦਾਸ ਇਹਨਾਂ ਦੇ ਵਿਚਾਲੇ ਵਿਵਾਦ ਚੱਲ ਰਿਹਾ ਸੀ ਇਸੇ ਵਿਵਾਦ ਦੌਰਾਨ ਹੀ ਡੇਰੇ ਦੇ ਵਿੱਚ ਬੇਅਦਬੀ ਦਾ ਇਹ ਵੱਡਾ ਖੁਲਾਸਾ ਹੋਇਆ ਹੈ ਜੇ ਵਿਵਾਦ ਨਾ ਹੁੰਦਾ ਤਾਂ ਸ਼ਾਇਦ ਇਸ ਬੇਅਦਬੀ ਦਾ ਕਦੇ ਖੁਲਾਸਾ ਨਾ ਹੁੰਦਾ ਤੇ ਪਤਾ ਲੱਗਿਆ ਕਿ ਜਿਹੜੀ ਸੋਮਵਾਰ ਨੂੰ ਜਾਂਚ ਪੜਤਾਲ ਹੋਈ ਹੈ ਉਸ ਤਰ੍ਹਾਂ ਮਿਆਨ ਡੇਰੇ ਦੇ ਅੰਦਰੋਂ ਕੁਝ ਅਸ਼ਲੀਲ ਚੀਜ਼ਾਂ ਵੀ ਮਿਲੀਆਂ ਨੇ ਸੁਰਮਰਦਾਸ ਦੇ ਪੈਰੋਕਾਰਾਂ ਦੇ ਮੁਤਾਬਕ ਉਹਨਾਂ ਨੂੰ ਸ਼ੱਕ ਸੀ ਕਿ ਡੇਰੇ ਦੇ ਵਿੱਚ ਮੌਜੂਦ 11 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਵਿੱਚੋਂ ਇੱਕ ਸਰੂਪ ਦੀ ਚੋਰੀ ਹੋਈ ਹੈ ਅਲਮਾਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਨਾਂ ਮਰਿਆਦਾ ਤੋਂ ਰੱਖੇ ਹੋਏ ਸਨ ਚਾਬੀ ਮਹੰਤ ਗੋਪਾਲ ਦਾਸ ਦੇ ਖਾਸ ਗਿਆਨ ਪ੍ਰਕਾਸ਼ ਕੋਲ ਸੀ ਯਾਨੀ ਕਿ ਹੁਣ ਡੇਰੇ ਦਾ ਜਿਹੜਾ ਪ੍ਰਬੰਧ ਹੈ ਉਹ ਗੋਪਾਲ ਦਾਸ ਹੀ ਚਲਾ ਰਿਹਾ ਹੈ ਸੁਰਮਰਦਾਸ ਵੀ ਦਾਅਵਾ ਕਰਦਾ ਹੈ ਕਿ ਉਹ ਗੱਦੀ ਦਾ ਜਾਨਸ਼ੀਨ ਹੈ ਇਹ ਵਾਰੀ ਕਹਿੰਦੇ ਗਿਆਨ ਪ੍ਰਕਾਸ਼ ਤੋਂ ਅਲਮਾਰੀ ਦੀ ਚਾਬੀ ਮੰਗੀ ਪਰ ਉਸਨੇ ਇਨਕਾਰ ਕਰ ਦਿੱਤਾ ਜਦੋਂ ਮਾਮਲਾ ਭਖਿਆ ਤਾਂ ਤਖਤਸਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਸਹਬਾਨ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਜਦੋਂ ਅਲਮਾਰੀ ਦਾ ਤਾਲਾ ਤੋੜਿਆ ਗਿਆ ਤਾਂ ਬੁਰੀ ਹਾਲਤ ਦੇ ਵਿੱਚ ਇੱਥੇ ਸਰੂਪ ਮਿਲੇ ਨੇ ਸਰੂਪ ਅਲਮਾਰੀ ਤੋਂ ਹੇਠਾਂ ਸੁੱਟੇ ਹੋਏ ਸਨ ਅਲਮਾਰੀ ਦੇ ਵਿੱਚ ਕਿਰਲੀਆਂ ਦੇ ਅੰਡੇ ਤੇ ਸਰੂਪ ਮਿੱਟੀ ਦੇ ਨਾਲ ਭਰੇ ਹੋਏ ਸਨ ਹੋਰ ਵੀ ਬਹੁਤ ਸਾਰੀ ਇਤਰਾਜਯੋਗ ਸਮਗਰੀ ਮਿਲੀ ਹੈ ਜਿਸ ਦਾ ਵਖਿਆਨ ਨਹੀਂ ਕੀਤਾ ਜਾ ਸਕਦਾ ਤੇ ਜਿਹੜੇ ਉੱਪਰ ਰੋਮਾਂ ਸਾਹਿਬਾਨ ਦਿੱਤੇ ਹੁੰਦੇ ਨੇ ਉਹਨਾਂ ਚੋਂ ਵੀ ਬਦਬੂ ਆ ਰਹੀ ਸੀ ਕਈ ਸਰੂਪਾਂ ਦੇ ਅੰਗ ਫੱਟੀ ਹੋਈ ਹਾਲਤ ਦੇ ਵਿੱਚ ਵੀ ਮਿਲੇ ਨੇ ਤੇ ਸਬੂਤ ਦੇ ਤੌਰ ਤੇ ਪੂਰੀ ਜਿਹੜੀ ਘਟਨਾ ਹੈ ਉਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਮਹੰਤ ਗੋਪਾਲ ਦਾਸ ਦੇ ਖਾਸ ਗਿਆਨ ਪ੍ਰਕਾਸ਼ ਤੇ ਸ਼ੱਕ ਜ਼ਾਹਿਰ ਕਰਦੇ ਹੋਏ ਉਸ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਹੈ ਮਾਨਸਾਂ ਦੇ ਵਿੱਚ ਵਾਪਰੀ ਇਸ ਵੱਡੀ ਬੇਅਦਬੀ ਦੀ ਘਟਨਾ ਨੂੰ ਕੋਈ ਵੀ মিডিਆ ਅਦਾਰਾ ਪ੍ਰਮੁਖਤਾ ਦੇ ਨਾਲ ਨਹੀਂ ਦਿਖਾ ਰਿਹਾ ਐਸਜੀਪੀਸੀ ਇਸ ਜਾਂਚ ਦੇ ਵਿੱਚ ਇਨਵੋਲਵ ਹੈ ਪਰ মিডিਆ ਕਿਸ ਗੱਲ ਤੋਂ ਡੇਰੇ ਦੀ ਇਸ ਵੱਡੀ ਖਬਰ ਨੂੰ ਇਸ ਵੱਡੀ ਕੁਤਾਹੀ ਨੂੰ ਲੁਕਾ ਰਿਹਾ ਇਸਤੇ ਸਮਝ ਨਹੀਂ ਪੈਂਦੀ ਪਰ ਅਸੀਂ ਜ਼ਰੂਰ ਖਾਸ ਰਿਪੋਰਟ ਇਸਤੇ ਛੇਤੀ ਹੀ ਤੁਹਾਨੂੰ ਦਿਖਾਵਾਂਗੇ ਜਦੋਂ ਸਾਡੇ ਜਿਹੜੇ ਉੱਥੇ ਕੋਰਸਪੋਂਡੈਂਟ ਨੇ ਉਹ ਇਹ ਖਬਰ ਭੇਜਣਗੇ ਤਾਂ ਜ਼ਰੂਰ ਸਾਰੀ ਜਿਹੜੀ ਜਾਣਕਾਰੀ ਹੈ ਉਹ ਅਸੀਂ ਤੁਹਾਨੂੰ ਦੇਵਾਂਗੇ ਪੰਜਾਬ ਪਰ ਦੇ ਬਿਨਾ ਐਨਓਸੀ ਰਜਿਸਟਰੀਆਂ ਨਾਂ ਕਰਨ ਦੇ ਮਾਮਲੇ ਦੇ ਵਿੱਚ ਪ੍ਰਾਪਰਟੀ ਡੀਲਰਾਂ ਤੇ ਕਲੋਨਾਈਜ਼ਰਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਜਿਸ ਨੂੰ ਲੈ ਕੇ ਹੁਣ ਤਹਿਸੀਲਾਂ ਦੇ ਵਿੱਚ ਕਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਨੇ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਵਾ ਦਿੱਤਾ ਹੈ ਲੁਧਿਆਣੇ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਤਹਿਸੀਲ ਸਬ ਤਹਿਸੀਲ ਗਿਲ ਰੋਡ ਤੇ ਤਾਲਾ ਲਾ ਕੇ ਅਫਸਰਾਂ ਨੂੰ ਅੰਦਰ ਹੀ ਬੰਦ ਕਰ ਦਿੱਤਾ ਗਿਆ ਇਸ ਤਰ੍ਹਾਂ ਸਰਕਾਰ ਦੇ ਖਿਲਾਫ ਕਲੋਨਾਈਜ਼ਰਾਂ ਨੇ ਆਪਣੀ ਪੜਾਸ ਕੱਢੀ ਤੇ ਆਪਣੀਆਂ ਮੰਗਾਂ ਮੰਨਣ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਬਿਜਲੀ ਦੇ ਕਨੈਕਸ਼ਨ ਸਰਕਾਰ ਨੇ ਬੰਦ ਕਰ ਰੱਖੇ ਨੇ ਕਲੈਕਟਰ ਰੇਟ ਜਿਹੜੇ ਵ ਨੇ ਨਾਲ ਹੀ 2022 ਤੱਕ ਜਿੰਨੀਆਂ ਵੀ ਕਲੋਨੀਆਂ ਬਣੀਆਂ ਨੇ ਉਹਨਾਂ ਨੂੰ ਵਾਜਬ ਕੀਮਤਾਂ ਤੇ ਰੈਗੂਲਰ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਨਾ ਸਿਰਫ ਕਲੋਨਾਈਜ਼ਰਾਂ ਬਲਕਿ ਪ੍ਰਾਪਰਟੀ ਡੀਲਰ ਲੈਂਡ ਡੀਲਰ ਆਮ ਲੋਕ ਵਸੀਕਾ ਨਵੀਸ ਵਕੀਲ ਤੇ ਸਟੈਂਪ ਪੇਪਰ ਵੇਚਣ ਵਾਲੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਦੂਜੇ ਪਾਸੇ ਪੰਜਾਬ ਸਰਕਾਰ ਜ਼ਮੀਨਾਂ ਦੀ ਜਮ੍ਹਾਂ ਬੰਦੀ ਹੈ ਜਿਹੜੀ ਆਨਲਾਈਨ ਕਰਨ ਜਾ ਰਹੀ ਹੈ ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਮੁਹਾਲੀ ਤਹਿਸੀਲ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਅਹਿਮ ਐਲਾਨ ਕੀਤਾ ਹੈ ਕਿ ਜਮ੍ਹਾਂ ਬੰਦੀ ਤੋਂ ਪਹਿਲਾਂ ਸਰਕਾਰ ਨੇ ਰਜਿਸਟਰੀ ਦਾ ਸਟਾਮਾਂ ਦੀ ਵਿਕਰੀ ਵੀ ਆਨਲਾਈਨ ਕਰ ਦਿੰਦੀ ਹੈ ਮੋਹਾਲੀ ਤਹਿਸੀਲ ਦੇ ਵਿੱਚ ਵੀ ਇਸਟਾਮ ਫਰੋਸ਼ਾਂ ਦਾ ਰੋਸ ਮੁਜ਼ਾਹਰਾ ਰੱਖਿਆ ਹੋਇਆ ਸੀ ਪਰ ਉਹਨਾਂ ਨੇ ਇੱਥੇ ਪਹੁੰਚੇ ਹੋਏ ਮਾਲ ਮੰਤਰੀ ਦੇ ਨਾਲ ਜਦੋਂ ਬੈਠਕ ਕੀਤੀ ਤਾਂ ਰੋਸ ਮੁਜ਼ਾਹਰਾ ਟਾਲ ਦਿੱਤਾ ਗਿਆ ਯਾਨੀ ਕਿ ਉਹਨਾਂ ਦੇ ਨਾਲ ਬੈਠਕ ਮਾਲ ਮੰਤਰੀ ਨੇ ਕੀਤੀ ਮੰਗ ਪੱਤਰ ਵੀ ਇਹਨਾਂ ਨੇ ਸੌਂਪਿਆ ਮੰਤਰੀ ਨੂੰ ਤੇ ਇਸ ਮੌਕੇ ਮਾਲ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਜ਼ਮਾਨਾ ਆਨਲਾਈਨ ਦਾ ਹੈ ਤਾਂ ਸਰਕਾਰ ਦਾ ਮਾਲ ਵਿਭਾਗ ਪਿੱਛੇ ਨਹੀਂ ਰਹਿਣਾ ਚਾਹੀਦਾ ਇਸ ਦੇ ਨਾਲ ਆਮ ਲੋਕਾਂ ਦੀ ਤਹਿਸੀਲਾਂ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਹੁੰਦੀ ਲੁੱਟ ਰੁਕੇਗੀ ਉਹਨਾਂ ਇਹ ਵੀ ਦਾਵਾ ਕੀਤਾ ਕਿ ਵਿਭਾਗ ਦਾ ਕੰਮਕਾਜ ਆਨਲਾਈਨ ਕਰਨ ਤੋਂ ਬਾਅਦ ਆਮ ਲੋਕ ਜ਼ਰੂਰ ਰਾਹਤ ਮਹਿਸੂਸ ਕਰਨ ਲੱਗੇ ਅਸੀਂ ਦੇਖਦੇ ਸੀ ਜਿਹੜੇ ਸਾਡੇ ਪ੍ਰਿੰਟਡ ਸਟੈਂਪ ਸੀਗੇ ਉਹਨਾਂ ਦੇ ਵਿੱਚ ਬਹੁਤ ਸਾਰੇ ਕਈ ਵਰੀ ਜਾਲੀ ਸਟੈਂਪ ਪਾਈ ਜਾਂਦੇ ਸੀ ਔਰ ਬਹੁਤ ਸਾਰੇ ਕੇਸ ਤੁਹਾਡੇ ਸਾਹਮਣੇ ਆਉਂਦੇ ਵੀ ਰਹੇ ਆ ਔਰ ਤੁਸੀਂ ਸਭ ਲੋਕ ਇਹਨੂੰ ਜਾਣਦੇ ਆ ਔਰ ਸਰਕਾਰ ਜਿਹੜੀ ਆਨ ਤੋਂ ਬਾਅਦ ਇਸ ਗੱਲ ਦੇ ਭਵੰਤ ਸੀਗੀ ਕਿ ਕਿਸੇ ਇੱਕ ਸਿੰਗਲ ਆਦਮੀ ਨਾਲ ਵੀ ਕੋਈ ਚੀਟਿੰਗ ਨਾ ਹੋਵੇ ਔਰ ਜਿੰਨੀਆਂ ਵੀ ਰੈਵਨਿਊ ਡਿਪਾਰਟਮੈਂਟ ਦੇ ਸੰਬੰਧੀ ਸਾਡੀਆਂ ਯੋਜਨਾਵਾਂ ਆ ਔਰ ਟਾਈਮ ਸਿਰ ਪੂਰੀਆਂ ਹੋਣ ਔਰ ਜਿੱਦਾਂ ਅਸੀਂ ਜ਼ਮਾਂਬੰਦੀ ਤੱਕ ਨੂੰ ਵੀ ਹੈ ਨਾ ਆਪਾਂ ਦਰਜ ਕਰਾ ਸਕੀਏ ਨਾਲੋਂ ਨਾਲੇ ਕਿਸੇ ਲੈਵਲ ਦੇ ਉੱਤੇ ਲੇਕਰ ਉਹਨਾਂ ਨੂੰ ਆਨਲਾਈਨ ਕੀਤਾ ਕਰਕੇ ਹੀ ਬਿਹਤਰ ਤਰੀਕੇ ਨਾਲ ਕੀਤਾ ਜਾ ਸਕਦਾ ਇਸ ਸਰਕੇ ਸ਼ਾਮ ਰੋਸ਼ਨ ਨੂੰ ਅਸੀਂ ਪਹਿਲਾਂ ਜਦੋਂ ਕੀਤਾ ਸੀਗਾ ਉਹਨੂੰ ਅਲਰਟ ਕਰਤਾ ਸੀਗਾ ਕਿ ਅਸੀਂ ਤੁਹਾਡੇ ਨਾਲ ਆ ਤੁਹਾਡੀ ਕੋਈ ਇਨਕਮ ਤੇ ਫਰਕ ਨਹੀਂ ਪਏਗਾ ਔਰ ਕਿਉਂਕਿ ਆਨਲਾਈਨ ਦਾ ਜ਼ਮਾਨਾ ਹੈ ਤੁਸੀਂ ਦੇਖੋ ਅਸੀਂ ਰੇਲਵੇ ਦੀ ਟਿਕਟ ਤੱਕ ਅਸੀਂ ਆਨਲਾਈਨ ਬੁੱਕ ਕਰਾਣੇ ਆ ਤੇ ਅੱਜ ਅਸੀਂ ਕਹੀਏ ਨਹੀਂ ਜੀ ਇਹ ਕੋਈ ਉਹਦਾ ਕਹੋਏ ਤਾਂ ਉਸੀ ਜਨਰਲੀਆ ਜ਼ਰੂਰੀ ਹੈ ਪੱਤਰਕਾਰਾਂ ਨੇ ਜੋ ਸਵਾਲ ਪੁੱਛਿਆ ਕਿ ਸਟਾਮ ਫਰੋਸ਼ਾਂ ਦੇ ਵੱਲੋਂ ਤਾਂ ਅੰਦੋਲਨ ਵਿੜ ਦਿੱਤਾ ਗਿਆ ਹੈ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਤਾਂ ਮੰਤਰੀ ਨੇ ਸਪਸ਼ਟ ਕੀਤਾ ਕਿ ਉਹਨਾਂ ਦੇ ਕਾਰੋਬਾਰ ਤੇ ਇਹਦੇ ਨਾਲ ਕੋਈ ਫਰਕ ਨਹੀਂ ਪਊਗਾ ਸਰਕਾਰ ਦੇ ਫੈਸਲੇ ਦੀ ਅਗਾਉ ਸੂਚਨਾ ਕਹਿੰਦੇ ਇਹਨਾਂ ਨੂੰ ਦੇ ਦਿੱਤੀ ਗਈ ਸੀ ਤੇ ਇਹਨਾਂ ਨੂੰ ਆਪਣਾ ਸੰਘਰਸ਼ ਬੰਦ ਕਰਕੇ ਕੰਮ ਤੇ ਆਉਣਾ ਚਾਹੀਦਾ ਸਰਕਾਰ ਚਾਹੁੰਦੀ ਸੀ ਕਿ ਹਰੇਕ ਜਿਹੜਾ ਵਾਰਡ ਦਾ ਉਹਨੂੰ ਜੋ ਚੀਜ਼ ਨੂੰ ਕਹੀ ਜਾਵੇ ਉਹਨੂੰ ਮਿਲੇ ਇਸ ਕਰਕੇ ਪਹਿਲੀਆਂ ਸਰਕਾਰਾਂ ਨੇ ਇੱਥੇ ਕੋਈ ਕੰਮ ਨਹੀਂ ਕੀਤਾ ਤੇ ਥੋੜੀ ਬੋਧੀ ਪਰੇਸ਼ਾਨੀ ਲੋਕਾਂ ਨੂੰ ਆਣੀ ਹੈ ਲੇਕਿਨ ਜਲਦ ਇਸ ਤੋਂ ਵੀ ਰਾਹਤ ਮਿਲ ਜਾਏਗੀ ਹਰੇਕ ਆਦਮੀ ਨੂੰ ਮੇਰਾ ਮਨ ਨੂੰ ਲੱਗਦਾ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਇਸ ਚੀਜ਼ ਨੂੰ ਵੀ ਬਿਲਕੁਲ ਟੋਟਲੀ ਇਨੂੰ ਐਨਓਸੀ ਨੂੰ ਜੁਕੀ ਨਹੀਂ ਬਣਾ ਦੇਾਂਗੇ ਉਹਨੂੰ ਕੋਈ ਪਰੇਸ਼ਾਨੀ ਨਾ। ਸਾਲ ਮੰਤਰੀ ਨੇ ਇਹ ਵੀ ਕਿਹਾ ਕਿ ਪਟਵਾਰੀਆਂ ਦੀਆਂ 1000 ਪੋਸਟਾਂ ਤਤਕਾਲੀ ਕਾਂਗਰਸ ਸਰਕਾਰ ਦੇ ਵੱਲੋਂ ਹੀ ਖਤਮ ਕਰ ਦਿੱਤੀਆਂ ਗਈਆਂ ਸੀ ਇਹ ਵੱਡਾ ਦਾਵਾ ਉਹਨਾਂ ਨੇ ਕੀਤਾ ਹੈ ਕਹਿੰਦੇ ਜੇ ਲੋੜ ਪਈ ਤਾਂ ਅਸੀਂ ਪੋਸਟਾਂ ਮੁਰ ਤੋਂ ਮੁਰ ਤੋਂ ਸੁਰਜੀਤ ਕਰਾਂਗੇ। ਇੱਕ ਹੋਰ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਜਿੰਨੇ ਮਰਜ਼ੀ ਸੋਲੇ ਗਏ ਜਾਣ ਪਰ ਅੰਦਰੋਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਪੂਰੇ ਸ਼ਰਮਿੰਦੇ ਨੇ। ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦੇ ਇਹ। ਕਿਉਂਕਿ ਕਿਸੇ ਨੂੰ ਜੌਬ ਤਾਂ ਦੇ ਨਹੀਂ ਰਹੀ ਸਿਰੇ ਜਿਹੜੀਆਂ ਆਲਰੇਡੀ ਪੋਸਟਾਂ ਨਾਲ ਕੱਢੀਆਂ ਸੀ ਉਹਨਾਂ ਨੂੰ ਫਿਲ ਨਹੀਂ ਕਰ ਰਹੀ ਸੀ ਅਸੀਂ ਆਂਦੇ 190 ਪੋਸਟਾਂ ਚੋਂ ਆਂਦੇ ਫਿਲ ਕੀਤੀਆਂ ਮਾਨਜੋਗ ਮੱਖ ਮੰਤਰੀ ਸਰਕਾਰ ਨੇ ਔਰ ਫਿਲ ਕਰਨ ਤੋਂ ਬਾਅਦ ਜਦੋਂ ਇਹ ਸਾਡੇ ਸਾਹਮਣੇ ਆਇਆ ਬਟ ਅਸੀਂ ਉੱਥੇ ਦੇਖਾਂਗੇ ਸਾਡੀ ਰਿਕੁਆਇਰਮੈਂਟ ਕੀ ਹੈਗੀ ਹੈ ਅਗਰ ਹੈਗੀ ਹੈ ਤਾਂ ਡੈਫੀਨੇਟਲੀ ਅਸੀਂ ਇਹਨਾਂ ਦਾ ਜਿਹੜਾ ਕੀਤਾ ਉਸ ਵਿਲ ਦਾ 1000 ਪੋਸਟਾਂ ਕੱਟ ਕੀਤੀਆਂ ਗਈਆਂ ਅਗਰ ਲੋੜ ਪਵੇਗੀ ਡਿਪਾਰਟਮੈਂਟ ਉਤੇ ਕਰਕੇ ਡੈਫੀਨਿਟਲੀ ਉਹਨਾਂ ਨੂੰ ਵੀ ਪਾਰੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰੂ ਕਾ ਬਾਗ ਮੋਰਚੇ ਦੀ ਸ਼ਤਾਬਦੀ ਮਨਾਇ ਗਈ ਅਹਿਮ ਦਿਹਾੜੇ ਮੌਕੇ 100 ਸਾਲਾ ਸ਼ਤਾਬਦੀ ਦਿਵਸ ਸਮਾਗਮ ਨੇ ਜਿਹੜੀ ਅੰਮ੍ਰਿਤਸਰ ਦੇ ਪਿੰਡ ਕੁੱਕੇਵਾਲੀ ਦੇ ਵਿੱਚ ਕਰਵਾਏ ਗਏ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਸੀ ਇਸ ਮੌਕੇ ਬੋਲਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੇਅਦਬੀ ਦੇ ਮੁੱਦਿਆਂ ਤੇ ਸਰਕਾਰਾਂ ਨੇ ਬਹੁਤ ਸਿਆਸਤ ਕਰ ਲਈ ਹੈ ਪਰ ਹੋਇਆ ਹਵਾਇਆ ਕੁਝ ਨਹੀਂ ਬੇਅਦਬੀਆਂ ਕਹਿੰਦੇ ਲੀਰੋ ਲੀਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਾਡੇ ਤੇ ਤੋਹਮਤਾਂ ਲਾਈਆਂ ਜਾ ਰਹੀਆਂ ਨੇ ਕਿ ਸਿੱਖ ਬਹੁਤ ਜ਼ਿਆਦਾ ਇਸਾਈ ਬਣ ਰਹੇ ਨੇ ਪਰ ਕਹਿੰਦੇ ਅੱਜ ਦਾ ਇਕੱਠ ਪ੍ਰਗਟ ਕਰਦਾ ਹੈ ਕਿ ਖਾਲਸਾ ਪੰਥ ਆਪਣੀ ਜਮਾਤ ਦੇ ਨਾਲ ਖੜਾ ਹੈ ਤੇ ਧਾਮੀ ਨੇ ਵੱਡਾ ਇਲਜ਼ਾਮ ਲਾਉਂਦੇ ਕਿ ਹੈਗੇ ਸਾਰਾ ਭੰਬਲ ਪੂਸਾ ਦਿੱਲੀ ਤੋਂ ਪਾਇਆ ਜਾ ਰਿਹਾ ਪਰ ਸਾਡੀ ਧਰਮ ਪ੍ਰਚੰਡ ਲਹਿਰ ਕਹਿੰਦੇ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ ਹਰੇਕ ਹਲਕੇ ਦੇ ਵਿੱਚ ਅੰਮ੍ਰਿਤ ਸੰਚਾਰ ਤੇ ਕੀਰਤਨ ਦਰਬਾਰ ਕਰਵਾਏ ਜਾ ਰਹੇ ਨੇ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਦੁਹਰਾਈ ਅਤੇ ਉਹਨਾਂ ਦੀ ਰਿਹਾਈ ਦੇ ਲਈ ਕਮੇਟੀ ਦੇ ਵੱਲੋਂ ਯਤਨ ਕੀਤੇ ਜਾਂਦਾ ਦਾਵਾ ਵੀ ਕੀਤਾ ਉਹ ਮਤਵੇ ਦੇ ਜਾੜ ਵੱਟ ਲੋਕਾਂ ਦੇ ਕੀਤੇ ਜਿਹਦੇ ਵਿੱਚ ਸਾਡੇ ਕਮੇਟੀ ਦੇ ਮੈਂਬਰੇ ਸਨ ਤੇ ਫਿਰ ਜੇ ਇਵੇਂ ਦੇ ਹਾਲਾਤ ਹੋ ਜਾਣ ਤਾਂ ਫਿਰ ਉਹ ਕਿਵੇਂ ਦਾ ਮਸੂਦ ਕਰਦਾ ਪਰ ਤੁਹਾਨੂੰ ਮੈਂ ਇੱਕ ਬੇਨਤੀ ਕਰੂੰਗਾ ਜੇ ਅਸੀਂ ਦਾਸਤਰੀ ਤੋਂ ਸਾਡੀ ਫਰਮ ਨੇ ਕਰਵਾ ਦਾ ਕਮੇਟੀ ਦੀ ਅਡਜੈਕਟਿਵ ਦੀ ਮੀਟਿੰਗ ਉਹਦੇ ਵਿੱਚ ਫਰਦੀ ਸਿੰਘਾਂ ਨੇ ਕੋਸ਼ਾ ਆਦਮੀ ਟੱਡਵਾ ਪਾਵੇਂ ਇੱਕ ਦੰਦਾ ਸੰਭਾਲ ਕੇ ਤੌਰ ਤੇ ਕੋਈ ਰੋਸ ਧਾਰਨੇ ਕਰਾਂਗੇ ਜਰੂਰ ਹੁੰਦੇ ਦੇਖੋ ਇਹ ਬੜੀ ਬੜੀ ਬਾਤ ਕਿਸਮ ਦੀ ਆ ਇਹ ਇੱਕ ਡੈਮੋਕ੍ਰੇਸੀ ਆ ਇਹ ਚਾਹਨਾ ਚਾਹੀਦੀ ਨਹੀਂ ਜਾਂ ਲੋਕ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਹੋਏ ਸਨ ਤੇ ਇਹੋ ਜੀ ਜਦੋਂ ਸਟੇਜ ਸੁਖਬੀਰ ਸਿੰਘ ਬਾਦਲ ਨੂੰ ਮਿਲਦੀ ਹੈ ਤਾਂ ਉਹ ਪੂਰਾ ਫਾਇਦਾ ਜਿਹੜਾ ਇਹਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਆਪਣੀ ਪਾਰਟੀ ਹੈ ਜਿਹੜੀ ਉਸ ਨੂੰ ਪੰਥਕ ਪਾਰਟੀ ਦੱਸਣ ਲਈ ਪੂਰੀ ਵਾਹ ਲਾ ਦਿੰਦੇ ਨੇ ਸੁਖਬੀਰ ਨੇ ਕਿਹਾ ਕਿ ਖਾਲਸਾ ਪੰਥ ਦੀ ਫੌਜ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਕਹਿੰਦੇ ਬੇਅਦਬ ਕਿਵੇਂ ਕਰ ਸਕਦਾ ਹੈ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਚਾਲਾਂ ਚੱਲ ਰਹੀਆਂ ਨੇ ਪੰਥ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਕੌਮ ਦੀ ਤਾਕਤ ਹੈ ਜਿਹੜੀ ਉਸ ਨੂੰ ਢਾਹ ਲਾਈ ਜਾ ਰਹੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਅਸੀਂ ਕੌਮ ਦੇ ਗਦਾਰਾਂ ਨੂੰ ਨਹੀਂ ਪਛਾਣਾਂਗੇ ਉਦੋਂ ਤੱਕ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿਣਗੀਆਂ ਉਹਨਾਂ ਇਹ ਵੀ ਦਾਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਗੀਰ ਨਹੀਂ ਹੈ ਕਿਸੇ ਇੱਕ ਪਰਵਾਦ ਦੀ ਜਾਗੀਰ ਨਹੀਂ ਹੈ ਅੱਜ ਜੇ ਮੇਰੀ ਸੇਵਾ ਲੱਗੀ ਹੈ ਕੱਲ ਨੂੰ ਕਿਸੇ ਹੋਰ ਦੀ ਲੱਗ ਜਾਏਗੀ ਬਾਹਰ ਬਾਹਰ ਆਪਣੇ ਤੇ ਹਮਲੇ ਹੁੰਦੇ ਰਹੇ ਸ਼੍ਰੋਮਣੀ ਕਾਲੀ ਦਲ ਕਿਸੇ ਵੀ ਗੈਰਾਨਾਤ ਨਹੀਂ ਕੋਈ ਬਾਹਰ ਪਵਾਦੀ ਗੈਰ वार की जायद नहीं कौम की जायदाद मैं श्रोमी करना चाहना की ताकत लगे अकाली दल श्रोमी गुरुद्वारा प्रबंधक कमेटी कमजोर करे है कब्जा करा श्रोमी गुरुद्वारा प्रबंधक ਮਤਲਬ ਕਿ ਕਬਜ਼ਾ ਕਰਕੇ ਫਿਰ ਸਾਰੇ ਉਹਲਾ ਜੋ ਨਹੀਂ ਜਿਵੇਂ ਦਿੱਲੀ ਹੁਸੂਬ ਹੋ ਗਿਆ ਸੋ ਸੁਖਬੀਰ ਬਾਦਲ ਨੇ ਇੱਕ ਵੱਡੇ ਇਤਿਹਾਸਿਕ ਦਿਹਾੜੇ ਮੌਕੇ ਵੱਡੀ ਸਟੇਜ ਤੋਂ ਬੋਲਦੇ ਹੋਏ ਆਪਣੀ ਜਿਹੜੀ ਪ੍ਰਧਾਨਗੀ ਦੇ ਵਜੋਂ ਨਿਯੁਕਤੀ ਹੈ ਉਹਨਾਂ ਦੀ ਆਪਣੀ ਨਿਯੁਕਤੀ ਉਸ ਨੂੰ ਬਚਾਉਣ ਦੀ ਡਿਫੈਂਡ ਕਰਨ ਦੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਇਹ ਵੀ ਕਿਹਾ ਕਿ ਅਕਾਲੀ ਦਲ ਕਿਸੇ ਪਰਿਵਾਰ ਦੀ ਜਾਗੀਰ ਨਹੀਂ ਹੈ ਪਰ ਅਗਲੀ ਅਗਲੀ ਲਾਈਨ ਦੇ ਵਿੱਚ ਜਦੋਂ ਕਹਿੰਦੇ ਨੇ ਕਿ ਅੱਜ ਮੇਰੀ ਸੇਵਾ ਲੱਗੀ ਹੈ ਕੱਲ ਨੂੰ ਕਿਸੇ ਦੀ ਹੋਰ ਦੀ ਲੱਗ ਜਾਊਗੀ ਯਾਨੀ ਕਿ ਹਾਲੇ ਕੁਰਸੀ ਛੱਡਣ ਨੂੰ ਤਿਆਰ ਨਹੀਂ ਹਨ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚ ਕਿਸਨ ਜਥੇਦਾਰ ਸਾਹਿਬ ਨੇ ਚਿੰਤਾ ਪ੍ਰਗਟਾਈ ਕਿ ਇੱਕ ਖਾਸ ਧਰਮ ਦੇ ਲੋਕਾਂ ਦੇ ਵੱਲੋਂ ਧਰਮ ਪਰिवर्तन ਦੀ ਲਹਿਰ ਇੱਥੇ ਚਲਾਈ ਜਾ ਰਹੀ ਹੈ ਲੋਕਾਂ ਨੂੰ ਮੁਫਤ ਚੀਜ਼ਾਂ ਦਾ ਲਾਲਚ ਦੇ ਕੇ ਉਹਨਾਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਹੈ ਤੇ ਇਸ ਕਰਕੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਹੋਂਦ ਬਚਾਉਣ ਦੇ ਲਈ ਸਿੱਖੀ ਦੇ ਪ੍ਰਚਾਰ ਵੱਲ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਮੂੰਹ ਦੇ ਉੱਤੇ ਜਥੇਦਾਰ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਵਿੱਚ ਹੁਣ ਆਪਣੀ ਸਰਕਾਰ ਬਣਾਉਣ ਦਾ ਸਰਕਾਰ ਬਚਾਉਣ ਦਾ ਵਿਚਾਰ ਤਿਆਗ ਦੇਣ ਹੁਣ ਪਿੰਡਾਂ ਦੇ ਵਿੱਚ ਜੂਜਣਾ ਸ਼ੁਰੂ ਕਰ ਦੇਣ ਸੋ ਜਥੇਦਾਰ ਨੇ ਬਹੁਤ ਅਹਿਮ ਸੁਨੇਹਾ ਮੂੰਹ ਤੇ ਹੀ ਦਿੱਤਾ ਹੈ ਹੁਣ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਕੀ ਰਣਨੀਤੀ ਅਪਣਾਉਂਦਾ ਹੈ ਹਾਲਾਂਕਿ ਲੋਕ ਸਿੱਖ ਇਹ ਵੀ ਮੰਨਦੇ ਨੇ ਜ਼ਿਆਦਾਤਰ ਕਿ ਜੋ ਅਕਾਲੀ ਦਲ ਦਾ ਅਗਲਾ ਪਲਾਨ ਹੁੰਦਾ ਉਸ ਨੂੰ ਉਹ ਜਥੇਦਾਰ ਦੇ ਮੂੰਹੋਂ ਆਦੇਸ਼ ਰਾਹੀਂ ਕਰਵਾਉਂਦੇ ਨੇ ਤੇ ਫਿਰ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਜਿਹੜਾ ਹੈ ਆਪਣਾ ਮਕਸਦ ਤਿਆਗ ਕੇ ਪੰਥ ਦੇ ਭਲੇ ਲਈ ਸਿੱਖੀ ਦੇ ਪ੍ਰਚਾਰ ਦੇ ਲਈ ਅਕਾਲੀ ਜਿਹੜੇ ਹੈ ਉਹ ਪਿੰਡਾਂ ਦੇ ਵਿੱਚ ਜੂਝਣੇ ਸ਼ੁਰੂ ਕਰਨ ਕੀ ਕਰਾਂਗੇ ਸਰਕਾਰ ਬਣਾ ਕੇ ਜੇ ਪੰਜਾਬ 'ਚ ਸਰਕਾਰ ਬਣ ਗਈ ਮੁੱਖ ਮੰਤਰੀ ਬਣ ਕੇ ਮੁੱਖ ਮੰਤਰੀ ਦੀ ਹیثیت ਕੀ ਹੈ ਪੂਰੇ ਭਾਰਤ ਦੇ ਅੰਦਰ ਇਹ ਸਾਰੇ ਸੂਬਿਆਂ ਦੇ ਲੋਕ ਜਿਹੜੇ ਆ ਉਹ ਜਾਣ ਚੁੱਕੇ ਆ ਯਾਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਸੈਂਟਰ ਸਰਕਾਰ ਦੇ ਵੱਲੋਂ ਜੋ ਫੈਸਲੇ ਲਏ ਜਾ ਰਹੇ ਨੇ ਜਾਂ ਕਹਿ ਸਕਦੇ ਆ ਕਿ ਸੂਬਿਆਂ ਦੀਆਂ ਤਾਕਤਾਂ ਤੇ ਵੀ ਆਪਣਾ ਬਿਆਨ ਦਿੱਤਾ ਕਿ ਸਰਕਾਰ ਨੇ ਅਧਿਕਾਰ ਖੋਖੋ ਕੇ ਸੂਬਿਆਂ ਨੂੰ ਮਿਉਂਸਿਪੈਲਿਟੀ ਕਮੇਟੀ ਦੇ ਨਾਲੋਂ ਵੀ ਮਾੜਾ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਅਧਿਕਾਰ ਖੋਖੋ ਕੇ ਇੱਕ ਸਟੇਟਾ ਨੂੰ ਜਿਹੜਾ ਆ ਉਹ ਮਿਊਸਪੈਲਟੀ ਕਮੇਟੀ ਨਾਲੋਂ ਵੀ ਜਿਹੜਾ ਹੋ ਉਹ ਭੇੜੇ ਕਰ ਦਿੰਦਾ ਹੈ ਗੁਰਦੁਆਰਾ ਗੁਰੂ ਕਾ ਬਾਗ ਮੋਰਚੇ ਦੇ ਸਮਾਗਮ ਲਗਾਤਾਰ ਤਿੰਨ ਦਿਨ ਚੱਲੇ ਨੇ ਇਹਨਾਂ ਤਿੰਨ ਦਿਨਾਂ ਦੇ ਵਿੱਚ ਕੀਰਤਨ ਸਮਾਗਮ ਕਥਾ ਸਮਾਗਮ ਢਾਡੀ ਦਰਬਾਰ ਲਾਏ ਗਏ ਨੇ ਤੇ ਆਖਰੀ ਦਿਨ ਵੱਡਾ ਸਮਾਗਮ ਹੋਇਆ ਹੈ ਸਮਾਗਮ ਦੇ ਵਿੱਚ ਤਕਸੀਰ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤਕਸੀਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਸਮੇਤ ਵੱਡੀਆਂ ਜਿਹੜੀਆਂ ਸ਼ਖਸੀਅਤਾਂ ਨੇ ਪੰਥ ਦੀਆਂ ਉਹ ਵੀ ਪਹੁੰਚੀਆਂ ਹੋਈਆਂ ਸਨ ਸੁਖਬੀਰ ਬਾਦਲ ਜਦੋਂ ਕਹਿ ਰਹੇ ਨੇ ਕਿ ਪੰਥ ਦੇ ਗਦਾਰਾਂ ਨੂੰ ਪਛਾਣਨਾ ਚਾ ਇੱਕ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਦਾਦੂਵਾਲ ਨੇ ਸੁਖਬੀਰ ਤੇ ਨਿਸ਼ਾਨਾ ਸਾਧਿਆ ਕਹਿ ਕੇ ਸਿੱਖ ਕੌਮ ਨੂੰ ਕਮਜ਼ੋਰ ਤਾਂ ਸੁਖਬੀਰ ਬਾਦਲ ਨੇ ਹੀ ਕੀਤਾ ਹੈ ਕਹਿੰਦੇ ਬਾਦਲ ਹੀ ਉਹ ਪਰਿਵਾਰ ਹੈ ਜਿਸ ਨੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਹੈ ਪੰਜਾਬ ਦੇ ਆਈਜੀਪੀ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਲੰਘੇ 1 ਮਹੀਨੇ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ 141 ਭਗੌੜੇ ਤੇ 472 ਨਸ਼ਾ ਸਪਲਾਈਰ ਗ੍ਰਿਫਤਾਰ ਕੀਤੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੇ ਪੰਜਾਬ ਪੁਲਿਸ ਦੇ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਨਸ਼ਿਆਂ ਦਾ ਅਤੇ ਗੈਂਗਸਟਰਾਂ ਦਾ ਖਾਤਮਾ ਕੀਤਾ ਜਾਊਗਾ ਤੇ ਇਸੇ ਮੁਹਿੰਮ ਦੇ ਤਹਿਤ ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਲਈ ਇਹ ਜਿਹੜੀ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਉਸ ਦੇ ਵਿੱਚ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਮਿਲੀ ਹੈ ਡੀਜੀਪੀ ਨੇ ਸੂਬੇ ਦੇ ਸਾਰੇ ਸੀਪੀਜ਼ ਤੇ ਐਸਐਸਪੀਜ਼ ਨੂੰ ਸਖਤੀ ਨਾਲ ਹੁਕਮ ਦਿੱਤੇ ਨੇ ਕਿ ਉਹ ਸਾਰੇ ਚੋਟੀ ਦੇ ਨਸ਼ਾ ਤਸਕਰਾਂ ਤੇ ਉਹਨਾਂ ਦੇ ਅਧਿਕਾਰ ਖੇਤਰਾਂ ਦੇ ਵਿੱਚ ਨਸ਼ਾ ਤਸਕਰੀ ਲਈ ਬਦਨਾਮ ਹੌਟਸਪੌਟਸ ਦੀ ਸ਼ਨਾਖਤ ਕਰਕੇ ਨਸ਼ਾ ਤਸਕਰਾਂ ਤੇ ਨਕੀਲ ਕੱਸਣ ਅਤੇ ਨਸ਼ਾ ਵੇਚਣ ਤੇ ਤਸਕਰੀ ਕਰਨ ਵਾਲੇ ਸਾਰਿਆਂ ਨੂੰ ਫੜਨ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਉਹਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤੇ ਉਹਨਾਂ ਦੇ ਨਜਾਇਜ਼ ਪੈਸੇ ਨੂੰ ਬਰਾਮਦ ਕੀਤਾ ਜਾਵੇ। ਸੋ ਜਿੱਥੇ ਸਰਕਾਰ ਦੇ ਹੁਕਮਾਂ ਦੀ ਪੂਰੀ ਪਾਲਣਾ ਪੰਜਾਬ ਪੁਲਿਸ ਕਰਦੀ ਦਿਖਾਏ ਦਿੰਦੀ ਹੈ ਉੱਥੇ ਪੰਜਾਬ ਪੁਲਿਸ ਨੂੰ ਨਮੋਸ਼ੀ ਵੀ ਚੱਲਣੀ ਪੈਂਦੀ ਹੈ ਜਦੋਂ ਜੇਲ੍ਹਾਂ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਖੁਦ ਹੀ ਨਸ਼ੇ ਦੀ ਸਪਲਾਈ ਕਰਦੇ ਫੜੇ ਜਾਂਦੇ ਨੇ। ਹਾਲਾਂਕਿ ਇਹ ਵੀ ਇੱਕ ਵੱਡਾ ਸੱਚ ਹੈ ਕਿ ਜੇਲ੍ਹਾਂ ਦੇ ਵਿੱਚ ਨਸ਼ੇ ਦੀ ਸਪਲਾਈ ਹੈ ਜਿਹੜੀ ਉਹ ਪੁਲਿਸ ਦੀ ਮਿਲੀਭੁਗਤ ਤੋਂ ਬਿਨਾ ਨਹੀਂ ਹੋ ਸਕਦੀ। ਦੀ ਕਿਉਂਕਿ ਜੇਲ੍ਹਾਂ ਦੇ ਵਿੱਚ ਚਿੜੀ ਵੀ ਨਹੀਂ ਫੜਕ ਸਕਦੀ ਇੰਨੇ ਸਖਤ ਸੁਰੱਖਿਆ ਦੇ ਪ੍ਰਬੰਧ ਹੁੰਦੇ ਨੇ ਖੈਰ ਫਰੀਦਕੋਟ ਪੁਲਿਸ ਦੇ ਵੱਲੋਂ ਅੰਜੇਲ ਦੇ ਵਿੱਚ ਨਸ਼ੇ ਦੀ ਸਪਲਾਈ ਕਰਦੇ ਗ੍ਰਿਫਤਾਰ ਕੀਤੇ ਗਏ ਕੇਂਦਰੀ ਮਾਡਰਨ ਜੇਲ੍ਹ ਦੇ ਡਿਪਟੀ ਸੁਪਰਡੈਂਟ ਵਿਨੇ ਟਾਂਕ ਦੇ ਘਰੋਂ 6 ਲੱਖ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ ਤੇ ਇਸ ਮਸਲੇ ਤੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਵੈਸ ਨੇ ਕਿਹਾ ਕਿ ਜੇਲ੍ਹ ਅਧਿਕਾਰੀ ਤੋਂ ਨਸ਼ਾ ਬਰਾਮਦ ਕਰਨ ਵਾਲੇ ਜੇਲ੍ਹ ਵਾਰਡਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਏਗਾ ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਦੇ ਵਿੱਚ ਵੀ ਆਯੂਸ਼ਮਨ ਸਕੀਮ ਦੇ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇ ਹੋ ਗਿਆ ਪਰ ਸ਼ਰਤਾਂ ਤੇ ਸ਼ੁਰੂ ਕੀਤਾ ਗਿਆ ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੇ ਛੇਤੀ ਬਕਾਇਆ ਰਾਸ਼ੀ ਨਾ ਜਾਰੀ ਕੀਤੀ ਗਈ ਤਾਂ ਇਲਾਜ ਫਿਰ ਤੋਂ ਬੰਦ ਕੀਤਾ ਜਾਊਗਾ ਹਸਪਤਾਲ ਪ੍ਰਸ਼ਾਸਨ ਨੇ 15 ਦਿਨਾਂ ਦੀ ਮੌਲਤ ਹੈ ਜਿਹੜੀ ਉਹ ਪੰਜਾਬ ਸਰਕਾਰ ਨੂੰ ਦਿੱਤੀ ਹੈ 15 ਦਿਨਾਂ ਬਾਅਦ ਪੰਜਾਬ ਦੇ ਮਰੀਜ਼ਾਂ ਦਾ ਰਿਵਿਊ ਹੋਏਗਾ ਉਹਨਾਂ ਦੇ ਰਿਕਾਰਡ ਦਾ ਰਿਵਿਊ ਕੀਤਾ ਜਾਏਗਾ ਕਿ ਉਹਨਾਂ ਦਾ ਜਿਹੜਾ ਇਲਾਜ ਦਾ ਖਰਚਾ ਹੈ ਉਹ ਸਰਕਾਰ ਨੇ ਅਦਾ ਕੀਤਾ ਹੈ ਜਾਂ ਫਿਰ ਨਹੀਂ ਉਧਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇੱਕ ਬਿਆਨ ਦਿੱਤਾ ਹੈ ਕਿ ਕੁਝ ਹਸਪਤਾਲਾਂ ਦੇ ਵਿੱਚ ਆਯੂਸ਼ਮਨ ਸਕੀਮ ਦੇ ਭੁਗਤਾਨ ਦੇ ਲਈ ਜਾਲੀ ਬਿੱਲ ਬਣਾਏ ਗਏ ਨੇ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ ਤੇ ਸਖਤੀ ਨਾਲ ਜਾਂਚ ਕੀਤੀ ਜਾਊਗੀ ਦਰਅਸਲ 2 ਦਿਨ ਪਹਿਲਾਂ ਅਸੀਂ ਪ੍ਰਾਈਮ ਟਾਈਮ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕੇ ਪੰਜਾਬ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵੱਲੋਂ 25% ਦੇ ਜਿਹੜੇ ਬਿੱਲ ਨੇ ਉਹ ਜਾਲੀ ਬਣਾਏ ਜਾਂਦੇ ਨੇ ਜਾਲੀ ਦਾ ਮਤਲਬ ਹੁੰਦਾ ਹੈ ਕਿ ਇਹਨਾਂ ਹਸਪਤਾਲਾਂ ਦੇ ਵੱਲੋਂ ਬੈੱਡ ਦੇ ਉੱਤੇ ਜਾਲੀ ਮਰੀਜ਼ ਪਾਇਆ ਜਾਂਦਾ ਹੈ ਕਾਗਜ਼ਾਂ ਦੇ ਵਿੱਚ ਤਾਂ ਮਰੀਜ਼ ਹੁੰਦਾ ਹੈ ਪਰ ਅਸਲ ਦੇ ਵਿੱਚ ਮਰੀਜ਼ ਇਹਨਾਂ ਕੋਲ ਨਹੀਂ ਹੁੰਦਾ ਪਰ ਉਹਨਾਂ ਦੇ ਬਿੱਲ ਬਣਾ ਦਿੱਤੇ ਜਾਂਦੇ ਨੇ ਝੂਠੇ ਬਿੱਲ ਬਣਾ ਕੇ ਇਹ ਸਰਕਾਰਾਂ ਤੋਂ ਪੈਸਾ ਲੈਂਦੇ ਨੇ ਤੇ ਇਹ ਖੁਲਾਸਾ ਜਿਹੜਾ ਸਦਨ ਦੇ ਵਿੱਚ ਵੀ ਹੋ ਚੁੱਕਿਆ ਪਿਛਲੇ ਦਿਨੀ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜ ਬਹਾਦਰ ਦੇ ਵਿਚਾਲੇ ਜੜੇ ਵਿਵਾਦ ਹੋਇਆ ਸੀ ਉਸ ਦੇ ਚੱਲਦਿਆਂ ਡਾਕਟਰ ਰਾਜਵਧਾ ਦਾ ਅਸਤੀਫਾ ਹਾਲੇ ਤੱਕ ਪੰਜਾਬ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ ਹੈ ਇਸ ਦੇ ਦਰਮਿਆਨ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਫਰੀਦਕੋਟ ਦੀ ਇਸ ਯੂਨੀਵਰਸਿਟੀ ਦਾ ਬਾਬਾ ਫਰੀਦ ਯੂਨੀਵਰਸਿਟੀ ਦਾ ਮੋੜ ਤੋਂ ਦੌਰਾ ਕਰਨਗੇ ਇਹ ਵੀ ਖਬਰਾਂ ਮਿਲੀਆਂ ਨੇ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਮਰੀਜ਼ਾਂ ਦੇ ਲਈ 200 ਦੇ ਕਰੀਬ ਨਵੇਂ ਗੱਦੇ ਭੇਜ ਦਿੱਤੇ ਨੇ ਜਿਹੜੇ ਕਿ ਹਸਪਤਾਲ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਆਮ ਲੋਕਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਫਰੀਦਕੋਟ ਦੇ ਜਿਹੜੇ ਲੋਕ ਨੇ ਆਮ ਲੋਕਾਂ ਨੇ the university day. ਮੁਲਾਜ਼ਮ ਨੇ ਉਹ ਡਟ ਕੇ ਸਿਹਤ ਮੰਤਰੀ ਦੇ ਹੱਕ ਵਿੱਚ ਖੜੇ ਨੇ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਤੋਂ ਕਿ ਚੇਤਨ ਸਿੰਘ ਜੋੜੇ ਮਾਜਰਾ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਜਦ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਮੰਤਰੀ ਦੀ ਇਸ ਗੱਲ ਤੋਂ ਕਾਫੀ ਖਫਾ ਚੱਲ ਰਹੇ ਨੇ ਤੇ ਪੰਜਾਬ ਦੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਕਈ ਵੱਡੇ ਕੰਮ ਕਰਨ ਦਾ ਦਾਵਾ ਵੀ ਕਰ ਰਹੀ ਹੈ ਕਈ ਵਾਅਦੇ ਵੀ ਸਰਕਾਰ ਦੇ ਵੱਲੋਂ ਪੂਗਾ ਦਿੱਤੇ ਗਏ ਨੇ ਪਰ ਇਸ ਦਰਮਿਆਨ ਜਿਹੜੇ ਸਰਕਾਰ ਦੇ ਵਿਧਾਇਕ ਨੇ ਨਿੱਤ ਨਵੇਂ ਵਿਵਾਦ ਵਿੱਚ ਫਸਦੇ ਵੀ ਨਜ਼ਰ ਆ ਰਹੇ ਨੇ ਲੰਘੇ ਹਫ਼ਤੇ ਇੱਕ ਵਿਧਾਇਕ ਦੇ ਪੀ ਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਸੀ ਤੇ ਹੁਣ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਆਪਣੇ ਗਨਮੈਨਾਂ ਦੇ ਨਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਛੋਟੀ ਜੀ ਗੱਲ ਨੂੰ ਲੈ ਕੇ ਉਲਝ ਗਏ ਬੈਰੀਕੇਡ ਤੱਕ ਤੋੜ ਦਿੱਤੇ ਪੂਰੀ ਵਾਰਦਾਤ ਸੀਸੀਟੀਵੀ ਚ ਕੈਦ ਹੋ ਗਈ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਰਕਰੀ ਚੱਲਣੀ ਪੈ ਰਹੀ ਹੈ ਵਿਧਾਇਕ ਕਰਮਵੀਰ ਸਿੰਘ ਜਲੰਧਰ ਤੋਂ ਆ ਰਹੇ ਸਨ ਤਾਂ ਚੁਲਾੰਗ ਟੋਲ ਪਲਾਜ਼ਾ ਤੇ ਉਹਨਾਂ ਦੀ ਗੱਡੀ ਰੁਕੀ ਤਾਂ ਮੁਲਾਜ਼ਮ ਮੁਤਾਬਕ ਬੈਰੀਕੇਡ ਹਟਾਉਣ ਨੂੰ ਕੁਝ ਸੈਕਿੰਡ ਲੱਗ ਗਏ ਤਾਂ ਵਿਧਾਇਕ ਭੜਕ ਗਏ ਉਹ ਆਪਣੇ ਗਨਮੈਨ ਸਮੇਤ ਗੱਡੀ ਚੋਂ ਬਾਕੀ ਨਿਕਲੇ ਪਹਿਲਾ ਮੁਲਾਜ਼ਮਾ ਨਾਲ ਬਹਿਸ ਕੀਤੀ ਫਿਰ ਟੋਲ ਪਲਾਜ਼ਾ ਤੇ ਕਬਜ਼ਾ ਕਰਕੇ ਸਾਰੇ ਬੈਰੀਕੇਡ ਚੁੱਕ ਦਿੱਤੇ ਗੱਡੀਆਂ ਨੂੰ ਫ੍ਰੀ ਚ ਲੰਘਾਉਣਾ ਸ਼ੁਰੂ ਕਰ ਦਿੱਤਾ ਮੌਕੇ ਤੇ ਟੋਲ ਪਲਾਜ਼ਾ ਦੇ ਮੈਨੇਜਰ ਪਹੁੰਚੇ ਪੂਰੇ ਮਾਮਲੇ ਨੂੰ ਸ਼ਾਂਤ ਕਰਵਾਇਆ ਪਰ ਪੂਰੀ ਵਾਰਦਾਤ ਹੈ ਜਿਹੜੀ ਉਹ ਸੀਸੀਟੀਵੀ ਚ ਕੈਦ ਹੋ ਗਈ ਕੇਂਦਰ ਸਰਕਾਰ ਨੇ ਵਿਆਹ ਜੋੜਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੈ ਇਸ ਦੇ ਤਹਿਤ ਵਿਆਹੀਆਂ ਹੋਈਆਂ ਔਰਤਾਂ ਨੂੰ ਆਤਮ ਨਿਰਪਰ ਬਣਾਇਆ ਜਾਊਗਾ ਸਰਕਾਰ ਵਿਆਹੇ ਜੋੜਿਆਂ ਨੂੰ 72000 ਰੁਪਏ ਦੇਵੇਗੀ ਪਰ ਇਸ ਦੇ ਲਈ ਜੋੜਿਆਂ ਨੂੰ 200 ਰੁਪਏ ਹਰ ਮਹੀਨੇ ਜਮ੍ਹਾਂ ਵੀ ਕਰਵਾਉਣੇ ਪੈਣਗੇ ਇਹ ਸਕੀਮ ਨੈਸ਼ਨਲ ਪੈਨਸ਼ਨ ਯੋਜਨਾ ਯਾਨੀ ਕਿ ਐਨਪੀਐਸ ਦੇ ਅਧੀਨ ਹੋਏਗੀ ਸਰਕਾਰੀ ਸਕੀਮ ਦੇ ਅਧੀਨ ਤੁਹਾਡੇ ਕੋਲ ਬੈਂਕ ਅਤੇ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਯਾਨੀ ਕਿ ਬੈਂਕ ਦਾ ਖਾਤਾ ਤੇ ਆਧਾਰ ਕਾਰਡ ਤੁਹਾਡਾ ਜ਼ਰੂਰੀ ਹੈ ਤੁਹਾਨੂੰ ਸਿਰਫ ਐਨਪੀਐਸ ਸਕੀਮ ਦੇ ਅੰਦਰ ਰਜਿਸਟ੍ਰੇਸ਼ਨ ਕਰਵਾਉਣੀ ਪੈਗੀ ਜੇ ਕੋਈ ਵਿਅਕਤੀ ਤਿੰਨ ਦਹਾਕਿਆਂ ਤੱਕ 100 ਰੁਪਏ ਹਰ ਮਹੀਨੇ ਦਿੰਦਾ ਹੈ ਤਾਂ 60 ਸਾਲ ਤੱਕ ਉਹ 36000 ਰੁਪਏ ਸਰਕਾਰ ਨੂੰ ਜਮ੍ਹਾਂ ਕਰਵਾਏਗਾ ਜਿਸ ਤੋਂ ਬਾਅਦ ਹਰ ਮਹੀਨੇ ਤਿੰਨ ਮਹੀਨੇ 3000 ਦੀ ਪੈਨਸ਼ਨ ਹੈ ਜਿਹੜੀ ਉਹ ਮਿਲਦੀ ਰਹੇਗੀ ਜੇਕਰ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਔਰਤਾਂ ਨੂੰ 1500 ਰੁਪਏ ਯਾਨੀ ਕਿ ਅੱਧੀ ਪੈਨਸ਼ਨ ਹੈ ਜਿਹੜੀ ਉਹ ਮਿਲਦੀ ਰਹੇਗੀ ਕੇਂਦਰ ਸਰਕਾਰ ਦੀ ਇਸ ਨਵੀਂ ਪੈਨਸ਼ਨ ਸਕੀਮ ਦਾ ਲਾਭ ਲੈਣ ਦੇ ਲਈ ਉਮਰ ਹੈ ਜਿਹੜੀ ਉਹ 18 ਤੋਂ 40 ਸਾਲ ਤੱਕ ਹੋਣੀ ਚਾਹੀਦੀ ਹੈ ਸੋਮਵਾਰ ਨੂੰ ਵਾਪਰੇ ਕੁਝ ਹਾਦਸਿਆਂ ਦੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਪੰਜਾਬ ਦੇ ਵਿੱਚ ਸਕੂਲੀ ਬੱਸ ਹਾਦਸੇ ਲਗਾਤਾਰ ਵਾਪਰਦੇ ਰਹਿੰਦੇ ਨੇ ਦੋ ਹਫ਼ਤਿਆਂ ਦੇ ਵਿੱਚ ਦੂਸਰਾ ਹਾਦਸਾ ਵਾਪਰਿਆ ਲੁਧਿਆਣਾ ਦੇ ਦੁਰਾਹਾਾਂ ਦੇ ਨੇੜੇ ਸੋਮਵਾਰ ਨੂੰ ਸਵੇਰੇ ਇੱਕ ਸਕੂਲ ਬੱਸ ਜਾ ਰਹੀ ਸੀ ਬੱਚਿਆਂ ਨੂੰ ਲੈ ਕੇ ਤਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਪੰਜ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ ਨੇ ਦੋ ਜ਼ਖਮੀ ਵਿਦਿਆਰਥੀ ਦੁਰਾਹਾਾਂ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਨੇ ਜਦਕਿ ਤਿੰਨ ਦਾ ਇਹ ਲੁਧਿਆਣਾ ਦੇ ਇੱਕ ਹੋਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਹੋ ਰਿਹਾ ਹੈ ਬੱਸ ਜਦੋਂ ਸੜਕ ਤੇ ਜਾ ਰਹੀ ਸੀ ਤਾਂ ਛੋਟਾ ਟੈਂਪੋ ਮੂਰੇ ਆ ਗਿਆ ਜਿਸ ਕਾਰਨ ਦੋਵਾਂ ਵਾਹਨਾਂ ਦੀ ਟੱਕਰ ਹੋ ਗਈ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਟੈਂਪੋ ਦੇ ਡਰਾਈਵ ਅੱਸੀ ਰਾਜਸਥਾਨ ਦੇ ਸੀਕਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਸੋਮਵਾਰ ਨੂੰ ਤੜਕੇ ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗੜੜ ਮਚ ਗਈ ਜਿਸ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ ਚਾਰ ਜਣੇ ਜ਼ਖਮੀ ਹੋ ਗਏ ਪੁਲਿਸ ਦੀ ਜਾਣਕਾਰੀ ਦੇ ਮੁਤਾਬਕ ਹਿੰਦੂ ਕੈਲੰਡਰ ਦੇ ਮੁਤਾਬਕ ਪਵਿੱਤਰ ਦਿਨ ਮੰਨੇ ਜਾਣ ਵਾਲੇ 11 ਦੇ ਮੌਕੇ ਖਾਟੂ ਸ਼ਿਆਮ ਮੰਦਰ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਸੀ ਮੰਦਰ ਰਾਤ ਨੂੰ ਬੰਦ ਸੀ ਤੇ ਸ਼ਰਧਾਲੂਆਂ ਨੇ ਰਾਤ ਨੂੰ ਹੀ ਲਾਈਨਾਂ ਦੇ ਵਿੱਚ ਖੜਨਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਮੰਦਰ ਖੁੱਲਦੇ ਹੀ ਦਰਸ਼ਨ ਕਰ ਸਕਣ ਹਾਦਸਾ ਤੜਕੇ 4:30 ਵਜੇ ਉਸ ਵੇਲੇ ਵਾਪਰਿਆ ਜਦੋਂ ਦਰ ਖੁੱਲੇ ਅਮੰਦਰ ਦਾ ਗੇਟ ਖੁੱਲਦੇ ਹੀ ਲੋਕਾਂ ਨੂੰ ਅੱਗੇ ਵਧਣ ਦੀ ਛੇਤੀ ਸੀ ਇਸ ਤਰ੍ਹਾਂ ਇੱਕ 63 ਸਾਲ ਦੀ ਬਜ਼ੁਰਗ ਔਰਤ ਡਿੱਗ ਪਈ ਉਸ ਨੂੰ ਦਿਲ ਦੀ ਬਿਮਾਰੀ ਸੀ ਉਸ ਦੇ ਪਿੱਛੇ ਖੜੀਆਂ ਦੋ ਹੋਰ ਔਰਤਾਂ ਡਿੱਗ ਪਈਆਂ ਪਗਦਰ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ। ਟੀਪੀ ਦੇ ਮੇਰਠ ਤੋਂ ਖਬਰ ਹੈ ਜਿੱਥੇ ਸ਼ਾਸਤਰੀ ਨਗਰ ਦੇ ਵਿੱਚ ਇੱਕ ਬਜ਼ੁਰਗ ਔਰਤ ਅਤੇ ਉਸ ਦੀ ਦੋਤੀ ਦੀ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਘਰ ਦੇ ਵਿੱਚ ਕੰਮ ਕਰਨ ਵਾਲੀ ਔਰਤ ਨੇ ਇਸ ਦੀ ਜਾਣਕਾਰੀ ਦਿੱਤੀ। ਨਾਨੀ ਦੀ ਉਮਰ 60 ਸਾਲ ਦੀ ਸੀ ਅਤੇ ਦੋਤੀ ਹੈ ਜਿਹੜੀ ਉਹ 10 ਸਾਲ ਦੀ ਉਮਰ ਦੀ ਸੀ। ਹਦ ਤੱਕ ਪਤਾ ਨਹੀਂ ਲੱਗਿਆ ਕਿ ਉਹ ਨਾਨੀ ਦੋਤੀ ਨੂੰ ਕਿਉਂ ਮਾਰ ਦਿੱਤਾ ਗਿਆ ਝਨੌਰ ਦੇ ਨੇੜੇ ਪਹਾੜਾਂ ਦੇ ਵੱਡੇ ਪੱਥਰ ਡਿੱਗਣ ਦੇ ਕਾਰਨ ਰਾਂ ਬੰਦ ਹੋ ਗਿਆ ਹਾਦਸੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਇਸ ਰਾਂ ਤੋਂ ਆਵਾਜਾਈ ਬੰਦ ਹੋ ਗਈ ਹੈ ਜੇ ਮੇਨ ਪ੍ਰੀਖਿਆ ਦਾ ਨਤੀਜਾ ਆ ਗਿਆ ਤੇ ਪ੍ਰੀਖਿਆ ਦਾ ਨਤੀਜਾ ਇੰਨਾ ਕਿ ਸ਼ਾਨਦਾਰ ਹੈ ਕਿ 24 ਪ੍ਰੀਖਿਆਰਥੀਆਂ ਨੇ ਪੂਰੇ 100 ਅੰਕ ਹਾਸਲ ਕੀਤੇ ਨੇ ਪੂਰੇ ਭਾਰਤ ਦੇ ਵਿੱਚ 24 ਪ੍ਰੀਖਿਆਰਥੀਆਂ ਨੇ 100 ਚੋਂ 100 ਅੰਕ ਲੈਨੇ ਤੇ 100% ਦੀ ਅੰਕ ਲੈਣ ਵਾਲਿਆਂ ਦੇ ਵਿੱਚ ਪੰਜਾਬ ਦਾ ਮਰਨਾਲ ਗਰਗ ਤੇ ਹਰਿਆਣਾ ਦਾ ਸਾਰਤਕ ਵੀ ਸ਼ਾਮਿਲ ਹੈ ਸਾਰੇ ਵਿਦਿਆਰਥੀਆਂ ਨੂੰ ਅਸੀਂ ਵਧਾਈਆਂ ਦਿੰਦੇ ਹਾਂ ਹੁਣ ਕਾਮਨਵੈਲਥ ਖੇਡਾਂ ਦੀ ਗੱਲ ਕਰਾਂਗੇ ਇੰਗਲੈਂਡ ਦੇ ਬਰਮਿੰਗਮ ਦੇ ਵਿੱਚ ਚੱਲ ਰਹੀਆਂ ਰਾਸ਼ਟਰੀ ਮੰਡਲ ਖੇਡਾਂ ਦਾ ਸੋਮਵਾਰ ਨੂੰ 11ਵਾਂ ਤੇ ਆਖਰੀ ਦਿਨ ਰਿਹਾ ਬੈਡਮਿੰਟਨ ਦੇ ਵਿੱਚ ਭਾਰਤੀ ਖਿਡਾਰੀਆਂ ਨੇ ਭਾਰਤ ਦੀ ਝੋਲੀ ਤਿੰਨ 골ਡ ਮੈਡਲ ਪਾਏ ਨੇ ਭਾਰਤ ਦੇ ਲਕਸ਼ ਸੇਨ ਅਤੇ ਪੀਵੀ ਸਿੰਧੂ ਨੇ ਮੁਲਕ ਦੀ ਝੋਲੀ ਸੋਨਾ ਪਾਇਆ ਹੈ ਪੁਰਸ਼ ਸਿੰਗਲਸ ਦੇ ਫਾਈਨਲ ਦੇ ਵਿੱਚ ਲਕਸ਼ ਸੇਨ ਨੇ ਮਲੇਸ਼ੀਆ ਦੇ ਜ਼ੀ ਯੋਂਗ ਐਨਜੀ ਨੂੰ maat ਦਿੱਤੀ ਹੈ ਪੀਵੀ ਸਿੰਧੂ ਨੇ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15 ਤੇ 21-13 ਦੇ ਨਾਲ maat ਦਿੱਤੀ ਤੇ ਕਾਮਨਵੈਲਥ ਖੇਡਾਂ ਦੇ ਵਿੱਚ ਪੀਵੀ ਸਿੰਧੂ ਨੇ ਪਹਿਲਾ 골ਡ ਜਿੱਤਿਆ ਹੈ ਇਸੇ ਤਰ੍ਹਾਂ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਜੋੜੀ ਨੇ ਬੈਡਮਿੰਟਨ ਦੇ ਪੁਰਸ਼ ਡਬਲਸ ਦੇ ਵਿੱਚ ਵੀ ਸੋਨਾ ਜਿੱਤਿਆ ਹੈ ਮਹਿਲਾ ਕ੍ਰਿਕਟ ਦੇ ਫਾਈਨਲ ਦੀ ਗੱਲ ਕਰ ਲਈਏ ਤਾਂ ਆਸਟ੍ਰੇਲੀਆ ਨੇ ਭਾਰਤ ਨੂੰ ਫਾਈਨਲ ਦੇ ਵਿੱਚ 9 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਆਸਟ੍ਰੇਲੀਆ ਨੇ 골ਡ ਮੈਡਲ ਜਿੱਤ ਲਿਆ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੇ ਸਾਹਮਣੇ 163 ਦੌੜਾਂ ਦਾ ਟੀਚਾ ਰੱਖਿਆ ਪਰ ਭਾਰਤੀ ਟੀਮ ਇਸ ਨੂੰ ਪੂਰਾ ਨਹੀਂ ਕਰ ਸਕੀ। 3 ਗੇਂਦਾਂ ਦੇ ਰਹਿੰਦੇ ਆ ਸਾਰੀਆਂ ਵਿਕਟਾਂ ਗਵਾ ਕੇ ਸਿਰਫ 152 ਰਨ ਹੀ ਬਣਾ ਸਕੀ। ਇਹ ਪਹਿਲਾ ਮੌਕਾ ਰਿਹਾ ਜਦੋਂ ਕਾਮਨਵੈਲਥ ਖੇਡਾਂ ਦੇ ਵਿੱਚ ਮਹਿਲਾ ਕ੍ਰਿਕਟ ਖੇਡਿਆ ਗਿਆ ਹੈ। ਕਾਮਨਵੈਲਥ ਖੇਡਾਂ ਦੇ 24 ਸਾਲ ਬਾਅਦ ਕ੍ਰਿਕਟ ਦੀ ਵਾਪਸੀ ਹੋਈ ਹੈ। ਜੈਵ ਦੇ ਵਿੱਚ ਭਾਰਤੀ ਐਥਲੀਟ ਨੀਰਜ ਚੋਪੜਾ ਦੇ ਜ਼ਖਮੀ ਹੋਣ ਕਰਕੇ ਐਤਕੀ 골ਡ ਮੈਡਲ ਪਾਕਿਸਤਾਨ ਲੈ ਗਿਆ ਹੈ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 90.18 ਮੀਟਰ ਦੂਰ ਨੇਜਾ ਸੁੱਟ ਕੇ 골ਡ ਮੈਡਲ ਜਿੱਤ ਲਿਆ ਹੈ ਇਹਨਾਂ ਖੇਡਾਂ ਦੇ ਵਿੱਚ ਪਾਕਿਸਤਾਨ ਦਾ ਇਹ ਦੂਸਰਾ ਸੋਨ ਤਗਮਾ ਹੈ ਅਰਸ਼ਦ ਨਦੀਮ 90 ਮੀਟਰ ਤੋਂ ਵੱਧ ਦੂਰੀ ਤੋਂ ਜੈਵਲਨ ਸੁੱਟਣ ਵਾਲਾ ਭਾਰਤੀ ਮਹਾਦੀਪ ਦਾ ਪਹਿਲਾ ਐਥਲੀਟ ਬਣ ਗਿਆ ਹੈ ਸੈਟ ਲੱਗਣ ਦੀ ਵਜ੍ਹਾ ਕਰਕੇ ਕਿ ਨੀਰਤ ਚੋਪੜਾ ਬਰਮਿੰਗਮ ਖੇਡਾਂ ਦੇ ਵਿੱਚ ਹਿੱਸਾ ਨਹੀਂ ਲੈ ਸਕੇ ਫਿਲਹਾਲ ਭਾਰਤ ਇਹਨਾਂ ਕਾਮਨਵੈਲਥ ਖੇਡਾਂ ਦੇ ਵਿੱਚ ਖਬਰਾਂ ਪੜੇ ਜਾਣ ਤੱਕ 19 골ਡ 15 ਸਿਲਵਰ ਤੇ 52 ਬ੍ਰਾਂਜ਼ ਦੇ ਨਾਲ 56 ਮੈਡਲ ਜਿੱਤ ਚੁੱਕਿਆ ਹੈ ਬਰਮਿੰਗਮ ਦੇ ਵਿੱਚ ਕਾਮਨਵੈਲਥ ਖੇਡਾਂ ਦੀ ਸਮਾਪਤੀ ਸਮਾਰੋਹ ਦੇ ਵਿੱਚ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਅਤੇ ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼ ਨਖਿਤ ਜ਼ਰੀਨ ਭਾਰਤੀ ਟੀਮ ਦੇ ਝੰਡਾ ਬਰਦਾਰ ਹੋਣਗੇ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੇ ਪੂਰੀ ਦੁਨੀਆ ਤੋਂ ਵੀ ਤੁਹਾਨੂੰ ਦੱਸ ਦਨੇ ਹਾਂ ਮਾਚਲ ਪ੍ਰਦੇਸ਼ ਦੇ ਵਿੱਚ ਆਉਂਦੇ ਦਸੰਬਰ ਮਹੀਨੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਇੱਥੇ ਸਾਰੀਆਂ ਪਾਰਟੀਆਂ ਚੋਣ ਮੈਨੀਫੈਸਟੋ ਦੇ ਵਾਅਦੇ ਐਲਾਨ ਰਹੀਆਂ ਨੇ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਹਰੇਕ ਪਰਿਵਾਰ ਨੂੰ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਊਗੀ ਲੋੜਵੰਦ ਔਰਤਾਂ ਨੂੰ 1500 ਰੁਪਏ ਮਹੀਨੇ ਦੀ ਵਿੱਤੀ ਸਹਾਇਤਾ ਦਿੱਤੀ ਜਾਊਗੀ छत्तीसगढ़ ਦੇ ਮੁੱਖ ਮੰਤਰੀ ਤੇ ਕਾਂਗਰਸ ਦੇ ਮੁੱਖ ਚੋਣ ਆਬਜ਼ਰਵਰ ਭੁਪੇਸ਼ ਬਗੇਲ ਨੇ ਰਾਜਸਥਾਨ ਤੇ छत्तीसगढ़ ਦੀ ਤਰਜ਼ ਤੇ ਮੁਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਵੀ ਕੀਤਾ ਤੇ ਇਹ ਜਿਹੜਾ ਐਲਾਨ ਕੀਤਾ ਗਿਆ ਹੈ 300 ਜਨੇਟ ਮੁਫਤ ਬਿਜਲੀ ਦਾ ਇਹ ਆਮ ਆਦਮੀ ਪਾਰਟੀ ਦੇ ਐਲਾਨ ਤੋਂ ਪ੍ਰਭਾਵਿਤ ਲੱਗਦਾ ਹੈ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਕਾਲੇਤਾਂ ਨੂੰ ਸਫੈਦ ਕਰਨ ਦੇ ਮਾਮਲੇ ਦੇ ਵਿੱਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੀਤ ਰਾਉਤ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਦਾਲਤ ਨੇ ਰਾਉਤ ਦੇ ਘਰ ਵਿੱਚ ਬਣਿਆ ਖਾਣਾ ਅਤੇ ਦਵਾਈਆਂ ਮੰਗਵਾਉਣ ਦੀ ਅਪੀਲ ਮਨਜ਼ੂਰ ਕਰ ਲਿਆ ਹਾਲਾਂਕਿ ਬਿਸਤਰੇ ਸੰਬੰਧੀ ਸੰਸਦ ਮੈਂਬਰ ਦੀ ਅਪੀਲ ਬਾਰੇ ਕੋਈ ਵੀ ਹੁਕਮ ਜਾਰੀ ਕਰਨ ਤੋਂ ਅਦਾਲਤ ਨੇ ਇਨਕਾਰ ਕਰ ਦਿੱਤਾ ਕੋਲਾਕੋਟਾਲਾ ਦੀ ਗੱਲ ਕਰ ਲਈਏ ਤਾਂ ਦਿੱਲੀ ਦੀ ਇੱਕ ਅਦਾਲਤ ਨੇ ਮਹਾਰਾਸ਼ਟਰ ਦੇ ਵਿੱਚ ਕੋਲਾਖਾਨ ਦੀ ਵੰਡ ਦੇ ਵਿੱਚ ਬੇਨਿਜਮੀਆਂ ਦੇ ਨਾਲ ਸਬੰਧਤ ਮਾਮਲੇ ਦੇ ਵਿੱਚ ਸਾਬਕਾ ਕੋਲਾ ਸਕੱਤਰ ਐਚਸੀ ਗੁਪਤਾ ਨੂੰ 3 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਲੋਹਾਰਾ ਈਸਟ ਕੋਲਾਖਾਨ ਦੀ ਵੰਡ ਨਾਲ ਸਬੰਧਤ ਮਾਮਲੇ ਦੇ ਵਿੱਚ ਦੋ ਜਣਿਆਂ ਨੂੰ ਅਪਰਾਧਿਕ ਸਾਜ਼ਿਸ਼ ਰਚਨਾ, ਧੋਖਾਧੜੀ ਕਰਨ ਤੇ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾਇਆ ਸੀ। ਐਨਆਈਏ ਯਾਨੀ ਕਿ ਕੌਮੀ ਜਾਂਚ ਏਜੰਸੀ ਨੇ ਅਤਵਾਦ ਦੇ ਲਈ ਫੰਡਿੰਗ ਦੇ ਮਾਮਲੇ ਦੇ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਜਮਾਤ ਤੇ ਇਸਲਾਮੀ ਦੇ ਮੈਂਬਰਾਂ ਦੇ ਤੇ ਡੋਡਾ ਦੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਉਹਨਾਂ ਦੱਸਿਆ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਮਾਤ-ਏ-ਇਸਲਾਮੀ ਦੇ ਆਗੂਆਂ ਤੇ ਮੈਂਬਰਾਂ ਦੇ ਕਰੀਬ 10 ਤੋਂ ਵੱਧ ਟਿਕਾਣਿਆਂ ਤੇ ਛਾਪੇ ਮਾਰੇ ਛਾਪੇਮਾਰੀ ਕੀਤੀ ਗਈ ਸੋਮਵਾਰ ਤੜਕੇ ਹੀ ਇਹ ਛਾਪੇ ਸ਼ੁਰੂ ਕੀਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪਰਾਸ਼ਟਰਪਤੀ ਐਮ ਵੈਂਕਟਈਆ ਨਾਇਡੂ ਨੂੰ ਨੌਜਵਾਨਾਂ ਤੇ ਸੰਸਦ ਮੈਂਬਰਾਂ ਦੇ ਲਈ ਪ੍ਰੇਰਣਾ ਸਰੋਤ ਦੱਸਦਿਆਂ ਕਿਹਾ ਕਿ ਉਹ ਸਮਾਜ ਦੇਸ਼ ਤੇ ਲੋਕਤੰਤਰ ਦੇ ਬਾਰੇ ਉਹਨਾਂ ਕੋਲ ਕਾਫੀ ਕੁਝ ਸਿੱਖਦੇ ਰਹੇ ਨੇ ਰਾਸ਼ਸਭਾ ਦੇ ਸਭਾਪਤੀ ਨਾਇਡੂ ਨੂੰ ਉੱਪਰਲੇ ਸਦਨ ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੇਸ਼ ਦੇ ਅਜਿਹੇ ਉਪ ਰਾਸ਼ਟਰਪਤੀ ਨੇ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਭੂਮਿਕਾਵਾਂ ਦੇ ਵਿੱਚ ਹਮੇਸ਼ਾ ਨੌਜਵਾਨਾਂ ਦੇ ਲਈ ਕੰਮ ਅਤੇ ਸਦਨ ਦੇ ਵਿੱਚ ਵੀ ਹਮੇਸ਼ਾ ਨੌਜਵਾਨ ਸੰਸਦ ਮੈਂਬਰਾਂ ਨੂੰ ਅੱਗੇ ਕੀਤਾ ਤੇ ਉਤਸ਼ਾਹਿਤ ਕੀਤਾ ਉਨਾ ਮਾਤ ਪਾਸ਼ਾ ਨੂੰ ਉਤਸ਼ਾਹਿਤ ਕਰਨ ਦੇ ਲਈ ਨਾਇਡੂ ਦੀ ਸ਼ਲਾਗਾ ਵੀ ਕੀਤੀ ਅਤੇ ਮੋਦੀ ਨੇ ਨਾਇਡੀ ਨੂੰ ਭਵਿੱਖ ਦੇ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੋਇਡਾ ਤੋਂ ਖਬਰ ਹੈ ਜਿੱਥੇ ਬਹੁਤ ਚਰਚਿਤ ਇੱਕ ਘਟਨਾਕਰਮ ਚੱਲ ਰਿਹਾ ਹੈ ਔਰਤ ਦੇ ਨਾਲ ਮਾੜਾ ਵਿਵਹਾਰ ਕਰਨ ਦੇ ਦੋਸ਼ 'ਤੇ ਸਿਆਸੀ ਲੀਡਰ ਸ਼੍ਰੀਕਾਂਤ ਤਿਆਗੀ ਦੇ ਵੱਲੋਂ ਯੂਪੀ ਦੇ ਨੋਇਡਾ ਸਥਿਤ ਉਸ ਦੀ ਰਿਹਾਇਸ਼ ਦੇ ਬਾਹਰ ਬਣਾਏ ਗੈਰ ਕਾਨੂੰਨੀ ਨਿਰਮਾਣ ਨੂੰ ਢਾਹ ਦਿੱਤਾ ਗਿਆ ਯਾਨੀ ਕਿ ਸ਼੍ਰੀਕਾਂਤ ਤਿਆਗੀ ਦੇ ਫਲੈਟ ਦੇ ਬਾਹਰ ਇੱਕ ਗੈਰ ਕਾਨੂੰਨੀ ਢਾਂਚਾ ਉਸਾਰਿਆ ਗਿਆ ਸੀ ਉਸ ਨੂੰ ਢਾਹ ਦਿੱਤਾ ਗਿਆ ਨੋਇਡਾ ਅਥਾਰਟੀ ਦੇ ਕਾਰਜ ਵਿਦਕਾਰੀ ਪ੍ਰਵੀਨ ਮਿਸ਼ਰਾ ਨੇ ਪੀਟੀਆਈ ਨੂੰ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 9 ਵਜੇ ਨੁਆਇਡਾ ਅਥਾਰਟੀ ਦੇ ਐਨਫੋਰਸਮੈਂਟ ਦਸਤੇ ਨੇ ਸ਼ਹਿਰ ਦੇ ਸੈਕਟਰ 93 20 ਤੇ ਟੋਮੈਕਸ ਗ੍ਰੈਂਡ ਸੁਸਾਇਟੀ ਵਿੱਚ ਪਹੁੰਚ ਕੇ ਤਿਆਗੀ ਦੇ ਗਰਾਊਂਡ ਫਲੋਰ ਵਾਲੇ ਅਪਾਰਟਮੈਂਟ ਦੇ ਬਾਹਰ ਬਣੀ ਇਸ ਨਜਾਇਜ਼ ਉਸਾਰੀ ਨੂੰ ਢਾਹ ਦਿੱਤਾ ਇਸ ਮੌਕੇ ਭਾਰੀ ਪੁਲਿਸ ਬੰਦ ਬਲ ਤਨਨਾਦ ਸੀ ਤੇ ਨੁਆਇਡਾ ਪੁਲਿਸ ਨੇ ਤਿਆਗੀ ਤੇ 25000 ਰੁਪਏ ਦਾ ਇਨਾਮ ਵੀ ਅਨਾਉਂਸ ਕਰ ਦਿੱਤਾ ਤੇ ਤਿਆਗੀ ਹਾਲੇ ਤੱਕ ਫਰਾਰ ਚੱਲ ਰਿਹਾ ਹੈ ਉਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਔਰਤ ਨੂੰ ਧਮਕਾਉਣ ਦੇ ਮਾਮਲੇ ਦੇ ਵਿੱਚ ਫਰਾਰ ਚੱਲ ਰਿਹਾ ਸ਼੍ਰੀ ਕਾਂਤ त्याਗੀ ਉਸਦੀ ਆਖਰੀ ਲੋਕੇਸ਼ਨ ਉਤਰਾਖੰਡ ਦੇ ਰਿਸ਼ੀਕੇਸ਼ ਵਿੱਚ ਸੀ ਉਸ ਤੋਂ ਬਾਅਦ ਉਸਦੀ ਲੋਕੇਸ਼ਨ ਹੈ ਜਿਹੜੀ ਉਹ ਗਾਇਬ ਹੋ ਗਏ ਚੀਨ ਅਤੇ ਤਾਈਵਾਨ ਦੇ ਦਰਮਿਆਨ ਜਿਹੜਾ ਤਣਾਅ ਚੱਲ ਰਿਹਾ ਉਸ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਚੀਨ ਨੇ ਤਾਈਵਾਨ ਦੇ ਨੇੜੇ ਇੱਕ ਵਾਰ ਫਿਰ ਤੋਂ ਫੌਜੀ ਅਭਿਆਸ ਕੀਤਾ ਹੈ ਤੇ ਇਸ ਦੀ ਜਾਣਕਾਰੀ ਚੀਨ ਨੇ ਖੁਦ ਦਿੱਤੀ ਹੈ ਚੀਨ ਦੀ ਫੌਜ ਨੇ ਕਿਹਾ ਕਿ ਤਾਈਵਾਨ ਦੇ ਨੇੜੇ ਉਹਨਾਂ ਦਾ ਫੌਜੀ ਅਭਿਆਸ ਜਾਰੀ ਹੈ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਐਤਵਾਰ ਫੌਜੀ ਅਭਿਆਸ ਖਤਮ ਕਰ ਦਿੱਤਾ ਜਾਊਗਾ ਪਰ ਚੀਨ ਨੇ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਤਾਈਵਾਨ ਦੇ ਨੇੜੇ ਹਵਾ ਤੇ ਸਮੁੰਦਰ ਦੇ ਵਿੱਚ ਫੌਜੀ ਮਸ਼ਕਾਂ ਜਾਰੀ ਰੱਖੀਆਂ ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਦੇ ਤਾਈਵਾਨ ਦੌਰੇ ਤੋਂ ਪਰਤ ਕੇ ਚੀਨ ਨੂੰ ਸ਼ਾਂਤ ਰਹਿਣ ਦੀਆਂ ਕੀਤੀਆਂ ਗਈਆਂ ਅਪੀਲਾਂ ਦੇ ਬਾਵਜੂਦ ਚੀਨ ਦੇ ਤੇਵਰ ਨਰਮ ਨਹੀਂ ਪਏ ਹਨ ਤਾਈਵਾਨ ਦੇ ਰਾਸ਼ਟਰਪਤੀ ਨੇ ਕੋ ਮੰਤਰੀ ਪਾਈ ਚਾਰੇ ਤੋਂ ਹਮਾਇਤ ਮੰਗੀ ਹੈ ਟਾਈਵਾਨ ਦੀ ਖਬਰ ਏਜੰਸੀ ਨੇ ਵੀ ਦੱਸਿਆ ਹੈ ਕਿ ਟਾਈਵਾਨ ਦੀ ਫੌਜ ਦੇ ਵੱਲੋਂ ਚੀਨੀ ਮਸ਼ਕਾਂ ਦਾ ਜਵਾਬ ਦਿੱਤਾ ਜਾਊਗਾ ਇਸ ਦੇ ਲਈ ਦੱਖਣੀ ਪਿੰਗਟੋਂਗ ਕਾਉਂਟੀ ਦੇ ਵਿੱਚ ਮੰਗਲਵਾਰ ਅਤੇ ਵੀਰਵਾਰ ਨੂੰ ਮਸ਼ਕਾਂ ਕੀਤੀਆਂ ਜਾਣਗੀਆਂ ਮਸ਼ਕਾਂ ਦੇ ਵਿੱਚ ਸਨਾਈਪਰ ਬਖਤਰਬੰਦ ਵਾਹਨ ਅਤੇ ਹਮਲੇ ਕਰਨ ਵਾਲੇ ਹੈਲੀਕਾਪਟਰ ਹਿੱਸਾ ਲੈਣਗੇ ਚੀਨ ਲਗਾਤਾਰ ਧਮਕੀ ਦਿੰਦਾ ਆ ਰਿਹਾ ਹੈ ਕਿ ਟਾਈਵਾਨ ਚੀਨ ਦਾ ਇਲਾਕਾ ਹੈ ਲੋੜ ਪੈਂਦੇ ਕਹਿੰਦੇ ਉਹ ਜ਼ਬਰੀ ਵੀ ਉਸ ਤੇ ਕਬਜ਼ਾ ਕਰ ਲਏਗਾ ਚੀਨ ਧੌਂਸ ਜਮਾ ਕੇ ਇਹ ਕਹਿੰਦਾ ਹੈ ਟਾਈਵਾਨ ਦੇ ਕੌਮੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਸਾਡੀ ਫੌਜ ਲਗਾਤਾਰ ਹਾਲਾਤਾਂ ਤੇ ਨਜ਼ਰ ਰੱਖ ਰਹੀ ਹੈ। ਬ੍ਰਾਜ਼ੀਲ ਤੋਂ ਖਬਰ ਹੈ ਜਿੱਥੇ ਜਿਊ ਜਿਤਸੂ ਚੈਂਪੀਅਨਸ਼ਿਪ ਦੇ ਸਭ ਤੋਂ ਚੰਗੇ ਬਿਹਤਰੀਨ ਖਿਡਾਰੀ ਲੀਐਂਦਰੇ ਲੋ ਨੂੰ ਸਾਓ ਪਾਉਲੋ ਦੇ ਵਿੱਚ ਇੱਕ ਨਾਈਟ ਕਲੱਬ ਦੇ ਵਿੱਚ ਗੋਲੀ ਮਾਰ ਦਿੱਤੀ ਗਈ। ਜਿਊ ਜਿਤਸੂ ਬ੍ਰਾਜ਼ੀਲ ਦਾ ਇੱਕ ਮਾਰਸ਼ਲ ਆਰਟ ਅਤੇ ਕੰਬੈਟ ਸਪੋਰਟ ਹੈ ਜੋ ਗਰਾਊਂਡ ਫਾਈਟਿੰਗ ਅਤੇ ਸਬਮਿਸ਼ਨ ਹੋਲਡ ਤੇ ਆਧਾਰਿਤ ਹੁੰਦਾ ਹੈ। 33 ਸਾਲ ਦੇ ਲੀਐਂਦਰੇ ਲੋ ਨੂੰ ਜਿਸ ਸਮੇਂ ਗੋਲੀ ਮਾਰੀ ਗਈ ਉਸ ਸਮੇਂ ਉਹ ਇੱਕ ਨਾਈਟ ਕਲੱਬ ਦੇ ਵਿੱਚ ਮੌਜੂਦ ਸੀ। emergancy bulletin ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ ਸੋ ਇਦੀਆਂ ਖਬਰਾਂ ਵਿੱਚ ਫੇਰ ਮਿਲਾਂਗੇ ਧੰਨਵਾਦ